ਮੁੰਡੇ ਨੇ ਗਲਤੀ ਕਰੀ ਹੈ ਤੇ ਉਹੀ ਗਲਤੀ ਕੀਤੀ ਹੈਗੀ ਤੇ ਹੁਣ ਬਾਰੀ ਮੇਰੀ ਹੈਗੀ। ਲੈ ਮਿੱਤਰਾ ਗੱਲ ਸੁਣ ਲਾ, ਕੋਕੇ ਲਾ ਦੇ, ਹੁਣ ਆ ਗਿਆ ਰੱਬ ਨੇ ਤੇਰਾ ਟਾਈਮ ਲਿਆਂਦਾ। ਬੜੇ ਚੰਗੇ ਬੰਦੇ ਹੋ, ਪਰ ਬਿੱਲੇ ਵੀਰ ਨੂੰ ਕੌਣ ਸਮਝਾਵੇ ਕਿ ਸਰਦਾਰ ਇੰਨਾ ਚੰਗਾ। ਪੰਚ ਸਾਹਿਬ ਦਾ ਮੁੰਡਾ ਝੁੱਗੀਆਂ ਵਾਲਿਆਂ ਦੀ ਕੁੜੀ ਨਾਲ ਬਹਾਰਾਂ ਲੁੱਟਦਾ ਫਿਰਦਾ ਹੈਗਾ। ਕਾਲਾ ਸਿੱਧੂ ਪ੍ਰੈਜ਼ੈਂਟਸ। ਬਾਪੂ ਤੂੰ ਇਹੋ ਜਿਹਾ ਕੁਛ ਨਹੀਂ ਕਰਨਾ। ਓਏ ਮੇਰੀ ਗੱਲ ਸੁਣ, ਜਿੱਦਾਂ ਗੱਡੀਆਂ ਨੂੰ ਲਿਆਏਗਾ ਤਾਂ ਫਿਰ ਮੈਂ ਨਹੀਂ ਜਾਂਦਾ ਇੱਥੇ। ਬਾਪੂ ਜੇ ਇਹ ਗੱਲ ਹੈ ਤਾਂ ਤੁਹਾਡੀ ਇੱਜ਼ਤ ਵਾਸਤੇ ਮੈਂ ਤਾਰੂ ਨੂੰ ਭੁੱਲ ਜਾਂਦਾ। ਬੇ ਪੁੱਤ ਤੈਨੂੰ ਕਿਹੜਾ ਰਿਸ਼ਤਿਆਂ ਦਾ ਘੱਟ ਹੈਗਾ, ਬਥੇਰੇ ਰਿਸ਼ਤੇ ਹੋ ਜਾਣਗੇ, ਤੂੰ ਉਹਨੂੰ ਭੁੱਲੀ ਜਾ। ਚੱਲ ਅੰਦਰ ਚਲੋ, ਤੁਸੀਂ ਵੀ ਅੰਦਰ ਚਲੋ। ਹੁਣ ਜ਼ਬਾਨ ਤੇ ਰਹੀ। ਹਾਂ ਬਾਪੂ ਜਿੱਥੇ ਤੁਸੀਂ ਕਹੋਗੇ ਉੱਥੇ ਹੀ ਕਰਾਊਂਗਾ ਮੈਂ। ਠੀਕ ਹੈ ਚਲੋ ਅੰਦਰ, ਹੋਰ ਹੀ ਕੁਛ ਹੋ ਗਿਆ ਸੀ ਪੁੱਤ। ਓਲੇ ਬੜਾ ਦੀ ਹੁਣ ਸਮਾਨ ਬੜਾ ਦਿਨ ਲਾਤੀ, ਮਾਸੀ ਕੋਲ ਕੁਛ ਕਾ ਵੀ ਦੇ ਲੈਂਦਾ ਉਹ ਜੀ ਵੀ। ਮੈਨੂੰ ਤਾਂ ਲਾਉਣਾ ਹੀ ਪੈਣਾ ਹੀ ਪਤਾ ਕੁਛ ਕਰਦਾ। ਰੋਟੀ ਬਣਾ ਦੇ, ਹੁਣ ਮੈਨੂੰ ਜਿਆਦਾ ਭੁੱਖ ਬੜੀ ਲੱਗੀ ਪਈ ਹੈ। ਹਾਂ ਬਸ ਰੋਟੀ ਬਣਾਉਣ ਲੱਗੀ ਸੀ। ਆ ਰੋਟੀ ਕਿਵੇਂ, ਇਹ ਮਿੱਠੀ ਬਣਾਈ ਸੀ? ਹਾਂ ਹਾਂ ਜਾਨੇ ਤੂੰ ਇਹ ਖਾ ਲੈ, ਮੈਂ ਇਹਨੇ ਰੋਟੀਆਂ ਦੂਜੇ ਬਣਾ ਦਿੰਨੀ ਆ। ਠੀਕ ਹੈ ਠੀਕ ਹੈ, ਬਣਾ ਦੇ ਜਲਦੀ। ਹਾਂ ਠੀਕ ਹੈ ਜੀ ਜੀ, ਤੇ ਖਿਆਲ ਰੱਖੀ ਮੇਰਾ ਜੀ ਆਪਣਾ। ਹਾਂ ਜੀ ਹਾਂ ਜੀ। ਯਾਰ ਜੀ ਵੇ ਇਕੱਠੇ ਕੋਈ ਨਹੀਂ ਕਰੀ, ਤੂੰ ਤਾਰੋ ਕੀ ਕਰਦੀ ਰਹਿਣੀ, ਇਹ ਤਾਂ ਇਕੱਠੇ ਕਰਦੇ ਅਗਰ। ਤਾਰੋ ਨੂੰ ਵੀਰੇ ਹੋਰ ਕੰਮ ਥੋੜੇ ਨੇ, ਤੇ ਤੂੰ ਇਕੱਠੇ ਕਰ ਦੇਂਗਾ ਤਾਂ ਕਿੱਡੀ ਕੁ ਗੱਲ ਏ। ਸੋਨਾ ਵੀ ਤੂੰ ਹੀ। ਹਾਂ ਮੇਰੀ, ਅੱਜ ਤੋਂ ਬਾਅਦ ਤੂੰ ਬਾਣੀ ਬੁਣੀ ਲੈਣ ਕੋਈ ਨਹੀਂ ਜਾਣਾ ਹੁਣ। ਨਹੀਂ ਜਾਂਦੀ ਵੀਰੇ, ਕਹਿਤਾ ਨਾ ਇੱਕ ਵਾਰੀ, ਮੈਨੂੰ ਤੇਰਾ ਇੱਕ ਵਾਰੀ ਦਾ ਕਈ ਗੱਲ ਸੁਣ ਗਈ, ਨਹੀਂ ਜਾਂਦੀ ਮੈਂ ਕਿਤੇ, ਨਹੀਂ ਜਾਂਦੀ। ਜੇ ਤਾਂ ਤੈਨੂੰ ਪਹਿਲਾਂ ਹੀ ਬਹੁਤ ਵਾਰੀ ਕੋਈ ਡਿੰਡਕ ਦੀ, ਤੂੰ ਸਰਦਾਰ ਕੋਲ ਖੇ ਖਾਂਦੀ ਤੇ ਸਾਰੇ ਕਬੀਲੇ ਦੀ ਬੇਇੱਜ਼ਤੀ ਕਰ ਛੱਡੀ ਇਹਨੇ। ਤੇਰੇ ਨਾ ਮਨ 'ਚ ਵਹਿਮ ਬੜਿਆ ਪਿਆ ਵੀਰੇ, ਹੁਣ ਸੱਭੋ ਬਾਬੀ ਇਕੱਲੀ ਜਾਏਗੀ ਪਾਣੀ ਲੈਣ, ਨਾਲ ਤੇ ਜਾਣੇ ਪੈਂਦਾ ਮੈਨੂੰ। ਕੋਈ ਗੱਲ ਨਹੀਂ, ਸੱਭੋ ਜਾਏਗੀ, ਕੁਛ ਨਹੀਂ ਹੋਇਆ ਸੱਭੋ ਨੂੰ, ਅੱਬੇ ਲੈ ਆਉਣਾ ਉਹਨੇ ਬਣੀ। ਹਾਂ ਪਰ ਤੂੰ ਕੋਈ ਨਹੀਂ ਜਾਣਾ ਹੁਣ, ਤੈਨੂੰ ਦੱਸ ਦਿੱਤਾ ਹੀ। ਚੱਲ ਠੀਕ ਹੈ, ਤੇਰੀ ਕਸਮ ਖਾ ਕੇ ਕਹਿ ਰਹੀ ਹਾਂ ਮੈਂ ਨਹੀਂ ਜਾਂਦੀ ਕਿਤੇ। ਮੇਰੀ ਕੀ ਕਸਮ ਹੈ, ਮੈਨੂੰ ਤਾਂ ਪਹਿਲੀ ਵਾਰ ਸੁੱਟਿਆ ਹੈ ਤੂੰ, ਮੇਰੀ ਕੋਈ ਇੱਜ਼ਤ ਨਹੀਂ ਰਹੀ ਹੁਣ। ਉਹ ਜਦੋਂ ਦੀ ਉਹ ਸਰਦਾਰ ਕੋਲ ਖੜੀ ਨੇ, ਮੇਰੀ ਕੋਈ ਇੱਜ਼ਤ ਨਹੀਂ ਰਹੀ। ਕਿਸੇ ਸਰਦਾਰ ਕੋਲ ਨਹੀਂ ਖੜਦੀ ਮੈਂ, ਸੱਚ ਵੀ ਮੰਨ ਲਈਦਾ ਹੁੰਦਾ, ਐਵੇਂ ਵਹਿਮ ਨਹੀਂ ਪਾਲੀਦਾ ਹੁੰਦਾ ਦਿਮਾਗ ਦੇ ਵਿੱਚ। ਵਹਿਮ ਨਹੀਂ ਪਾਲੀਦਾ, ਤੈਨੂੰ ਕਿੰਨੀ ਵਾਰ ਸਮਝਾਇਆ, ਤੂੰ ਫੇਰ ਜਾਨੀ ਉੱਥੇ, ਕੀ ਕਰਨੀ ਜਾਨੀ ਉਹਦੇ ਕੋਲ? ਵੀਰੇ ਕਹਿਤਾ ਨਾ ਇੱਕ ਵਾਰ ਮੇਰੇ ਤੋਂ ਗਲਤੀ ਹੋ ਗਈ, ਬਾਰ ਬਾਰ ਮੈਂ ਉਹ ਗਲਤੀ ਨਹੀਂ ਕਰਦੀ, ਮੈਂ ਨਹੀਂ ਜਾਂਦੀ ਕਿਤੇ। ਹਾਂ ਜੇ ਉਹ ਤੂੰ ਸਰਦਾਰ ਦੀ ਜ਼ਿੰਦਗੀ ਚੁਣੀ ਹੈ ਨਾ, ਤਾਂ ਉਹਦੇ ਕੋਲ ਕੋਈ ਨਹੀਂ ਜਾਣਾ, ਮੈਨੂੰ ਵੱਢਣਾ ਹੀ ਇਸ ਤੋਂ ਬਾਅਦ। ਵੀਰੇ ਭਗਵਾਨ ਦਾ ਵਾਸਤਾ ਹੈ, ਸਰਦਾਰ ਨੂੰ ਕੁਝ ਨਹੀਂ ਕਹਿਣਾ ਤੁਸੀਂ, ਮੈਨੂੰ ਕਹਿ ਲੈਣਾ ਬਸ, ਠੀਕ ਹੈ, ਮੈਨੂੰ ਸਮਝ ਲੱਗ ਗਈ ਮੈਂ ਨਹੀਂ ਕਿਤੇ ਜਾਂਦੀ। ਤੈਨੂੰ ਦੱਸ ਦਿੱਤਾ ਸਾਰੇ ਕਬੀਲੇ ਨੇ ਕਿਹਾ ਹੁਣ ਤੇਰੇ ਟੋਟੇ ਕਰਨੇ, ਬਸ ਤੇਰੀ ਮਰਜ਼ੀ ਹੈ ਵੀਰੇ, ਟੋਟੇ ਕਰ ਦੇ, ਮੈਂ ਤੇ ਵੈਸੇ ਵੀ ਮਰੀ ਪਈ ਆ, ਰੋਜ਼ ਤਾਨੇ ਦੇ ਦੇ ਕੇ ਤੂੰ ਮੈਨੂੰ ਮਾਰ ਛੱਡੇ। ਜਿੱਦੇ ਗਏ ਤਾਂ ਉੱਤੀ ਵਿਆਹ ਕਰਾਉਣਾ ਵੇਣਾ ਹੀ ਹੁਣ ਤੈਨੂੰ।
ਗਲਤੀ ਹੋ ਗਈ ਹੋ ਹੀ ਜਾਂਦੀ ਹੈ ਇਨਸਾਨਾਂ ਤੋਂ ਹੁੰਦੀਆਂ ਨੇ ਗਲਤੀਆਂ ਮੇਰੇ ਤੋਂ ਹੋ ਗਈ ਫਿਰ ਕੀ ਹੋ ਗਿਆ ਹੁਣ ਫਿਰ ਤੈਨੂੰ ਕਿਵੇਂ ਪਾਣੀ ਲੈਣ ਦੋ ਦੱਸ ਤੂੰ ਫਿਰ ਤਾਂ ਸਰਦਾਰ ਕੋਲ ਜਾਂਦੀ ਜਾ ਕੇ ਮੈਂ ਨਾ ਪਾਣੀ ਲੈਣ ਜਾਵਾਂ ਨਾ ਮੈਂ ਕਿਤੇ ਜਾਵਾਂ ਨਾ ਮੈਂ ਪਿੰਡ ਗਲੀ ਚ ਤੇਰੇ ਨਾਲ ਗੇੜਾ ਦੇਣ ਜਾਵਾਂ ਮਾਸੀ ਕੋਲ ਜਾ ਕੇ ਗੁਸ਼ਤੇ ਖਾ ਲੇ ਗੁਸ਼ਤੇ ਮਾੜਾ ਮੋਟਾ ਮੋਟੇ ਹੋ ਗਿਆ ਜੀ ਇਹ ਵੀ ਨਾ ਪਤਾ ਨੀ ਵੀਰਾ ਮੈਥੋਂ ਕੀ ਲੱਭਦਾ ਹੈ ਇਹ ਸਭ ਭਾਬੀ ਤੂੰ ਵੀਰੇ ਨੂੰ ਸਮਝਾ ਲੈ ਹੁਣ ਵੀ ਮੇਰੇ ਨਾਲ ਲੜੀ ਜਾਂਦਾ ਸਵੇਰੇ ਸਵੇਰੇ ਕੀ ਹੋਇਆ ਈ ਤਾਰੋ ਹੋਇਆ ਕੀ ਤੁਹਾਨੂੰ ਪਤਾ ਹੀ ਆ ਉਹਨੂੰ ਲੜਨ ਦੀ ਆਦਤ ਹੈ ਸਾਰਾ ਦਿਨ ਮੇਰੇ ਨਾਲ ਕੁੜਕੁੜ ਕਰਦਾ ਰਹਿੰਦਾ ਉਹ ਦੋ ਬਿਸਤਰੇ ਇਕੱਠੇ ਕਰਨੇ ਪੈ ਗਏ ਤੇ ਸੌਂਦਾ ਵੀ ਤੇ ਤੂੰ ਹੀ ਹੈ ਸਭ ਦੇ ਗਲ ਬੰਨਿਆ ਜਾਂ ਤਾਰੋ ਦੇ ਗਲ ਬੰਨਿਆ ਹੋਇਆ ਮੈਂ ਤੈਨੂੰ ਦੱਸਦੀ ਹਾਂ ਤਾਰੋ ਤੈਨੂੰ ਤੇਰੇ ਵੀਰ ਨੇ ਕਿੰਨਾ ਸਮਝਾਇਆ ਹੀ ਸੀ ਵੀ ਤੂੰ ਸਰਦਾਰ ਕੋਲੇ ਨਹੀਂ ਜਾਣਾ ਤੈਨੂੰ ਰੱਬ ਦਾ ਵਾਸਤਾ ਹੀ ਤੂੰ ਛੱਡ ਦੇ ਹੁਣ ਸਭੋ ਬਾਬੀ ਮੈਂ ਤੇ ਪਹਿਲੇ ਮਨ ਬਣਾ ਲਿਆ ਕਿ ਹੁਣ ਮੈਂ ਸਰਦਾਰ ਕੋਲੇ ਨਹੀਂ ਜਾਂਦੀ ਸਭੋ ਬਾਬੀ ਮੈਂ ਤੇ ਸਰਦਾਰ ਇੱਕ ਦੂਸਰੇ ਨੂੰ ਬੜਾ ਹੀ ਪਿਆਰ ਕਰਦੇ ਹਾਂ ਤੂੰ ਤੇ ਮੇਰੀ ਦਿਲ ਦੀ ਗੱਲ ਸਮਝ ਸਕਦੀ ਹੈ ਨਾ ਬਿੱਲਾ ਵੀਰ ਤਾਂ ਜਿੱਦਾਂ ਦਾ ਹੈ ਤੂੰ ਵੀ ਇੱਦਾਂ ਕਰਨ ਲੱਗ ਗਈ ਭਾਬੀ ਤਾਰੋ ਪਿਆਰ ਤਾਂ ਇੱਕ ਪਾਸੇ ਹੈ ਸਮਝਦੀ ਹੈ ਮੈਂ ਤੂੰ ਪਿਆਰ ਕਰਦੀ ਹੈ ਪਰ ਤੇਰੇ ਬਿੱਲੇ ਵੀਰ ਨੇ ਮੈਨੂੰ ਵੀ ਵੱਢ ਸੁੱਟਣਾ ਹੈ ਤੈਨੂੰ ਤਾਂ ਉਹਨੇ ਮਾਰਨਾ ਨਾਲ ਮੈਨੂੰ ਵੀ ਮਾਰ ਦੇਣਾ ਹੈ ਤੈਨੂੰ ਸੁਭਾਅ ਦਾ ਪਤਾ ਹੈ ਉਹਦਾ ਸਭੋ ਭਾਬੀ ਇਹ ਸਭ ਕੁਝ ਸੋਚ ਕੇ ਤੇ ਮੈਂ ਪੈਰ ਪਿੱਛਾ ਕਰ ਲਏ ਮੈਂ ਕਿਹਾ ਹੁਣ ਮੈਂ ਸਰਦਾਰ ਨੂੰ ਮਿਲਣਾ ਹੀ ਨਹੀਂ ਅਤੇ ਮੈਂ ਜਾਣਾ ਹੀ ਨਹੀਂ ਨਾ ਮੈਂ ਪਾਣੀ ਲੈਣ ਜਾਣਾ ਸਭੋ ਭਾਬੀ ਨਾ ਮੈਂ ਇਹਦੇ ਨਾਲ ਪਿੰਡ ਗਲੀ 'ਚ ਗੇੜਾ ਦੇਣ ਜਾਣਾ ਹਾਂ ਤਾਰੋ ਤੂੰ ਨਾ ਜਾ ਤੇਰੇ ਵੀਰ ਦੇ ਸਵਾਦ ਆ ਤੈਨੂੰ ਪਤਾ ਹੀ ਹੈ ਕਿਉਂ ਐਵੇਂ ਲੜਾਈ ਕਰਦੀ ਹੈ ਭਾਬੀ ਪਤਾ ਤਾਂ ਮੈਨੂੰ ਸਭ ਕੁਝ ਹੈ ਜਦ ਕਿਸੇ ਨਾਲ ਪਿਆਰ ਹੋ ਜਾਂਦਾ ਹੈ ਨਾ ਇਹ ਦਿਲ ਨੂੰ ਸਮਝਾਉਣਾ ਬੜਾ ਹੀ ਔਖਾ ਹੈ ਬੜਾ ਹੀ ਔਖਾ ਹੈ ਕੋਈ ਗੱਲ ਨਹੀਂ ਭਾਬੀ ਪਿਆਰ ਦੀਆਂ ਜੰਜੀਰਾਂ ਜਦੋਂ ਪੈਰਾਂ ਦੇ ਵਿੱਚ ਪੈ ਜਾਂਦੀਆਂ ਨੇ ਨਾ ਤਾਂ ਬੰਦੇ ਨੂੰ ਕੁਝ ਵੀ ਨਜ਼ਰ ਨਹੀਂ ਆਉਂਦਾ ਬਿੱਲਾ ਵੀਰ ਮੇਰੇ ਨਾਲ ਇੰਨਾ ਲੜਦਾ ਇੰਨਾ ਲੜਦਾ ਪਤਾ ਨਹੀਂ ਕਿਉਂ ਇਹ ਦਿਲ ਮੇਰਾ ਫਿਰ ਵੀ ਨਹੀਂ ਸਮਝਦਾ ਮੇਰਾ ਦਿਲ ਨਹੀਂ ਲੱਗਦਾ ਸਭੋ ਬਾਬੀ ਕਿਤੇ ਵੀ ਤਾਰੋ ਪਿਆਰ ਤਾਂ ਮੈਂ ਸਮਝਦੀ ਹਾਂ ਪਿਆਰ ਤੂੰ ਕਰਦੀ ਹੈ ਸਰਦਾਰ ਨੂੰ ਪਰ ਤੇਰੇ ਭਰਾ ਦਾ ਵੀ ਤੈਨੂੰ ਪਤਾ ਹੀ ਹੈ ਨਾ ਤੂੰ ਦਿਲ ਤੇ ਦਿਮਾਗ ਚੋਂ ਕੱਢ ਦੇ ਸਰਦਾਰ ਨੂੰ ਨੀ ਉਹਨਾਂ ਨੇ ਆਪਾਂ ਨੂੰ ਮਾਰ ਸੁੱਟਣਾ ਹੈ ਤਾਰੋ ਦੀਦੀ ਬਹਿਣਾ ਸਹੀ ਕਹਿ ਰਹੀ ਹੈ ਤੁਸੀਂ ਭੁੱਲ ਜਾਓ ਸਰਦਾਰ ਨੂੰ ਛੋਟੀ ਭੈਣ ਗੱਲ ਤੇ ਤੂੰ ਸਹੀ ਕਹਿਣੀ ਹੈ ਪਰ ਤੈਨੂੰ ਕੀ ਪਤਾ ਇਹ ਦਿਲ ਦੀਆਂ ਰਮਝਾਂ ਤਾਂ ਪਿਆਰ ਕਰਨ ਵਾਲੇ ਜਾਣਦੇ ਨੇ ਜੋ ਤੂੰ ਵੱਡੀ ਹੋ ਗਈ ਨਾ ਤੈਨੂੰ ਫਿਰ ਸਮਝ ਚ ਆਉਣਗੀਆਂ ਇਹ ਗੱਲਾਂ ਕੋਈ ਗੱਲ ਤਾਰੋ ਤੂੰ ਕੀ ਚਾਹੁੰਦੀ ਹੈ ਤੇਰਾ ਵੀਰ ਮੈਨੂੰ ਵੱਢ ਦੇ ਨਹੀਂ ਸਭੋ ਬਾਬੀ ਕਦੇ ਵੀ ਨਹੀਂ ਮੈਂ ਤਾਂ ਇਹ ਚਾਹੁੰਦੀ ਮੈਂ ਤਾਂ ਤੈਨੂੰ ਕਦੇ ਆਪਣੀ ਭਾਬੀ ਨਹੀਂ ਸਮਝਿਆ ਆਪਣੀ ਛੋਟੀ ਭੈਣਾਂ ਵਾਂਗੂ ਸਮਝਦੀ ਹਾਂ ਪਰ ਕੀ ਕਰਾਂ ਭਾਬੀ ਮੇਰਾ ਦਿਲ ਵੀ ਬੜਾ ਮਜਬੂਰ ਹੈ ਇਹ ਦਿਲ ਹੈ ਨਾ ਅੰਦਰੋਂ ਮੰਨਦਾ ਹੀ ਨਹੀਂ ਹੈ ਕਾਸੀ ਤਾਰੋ ਤੇ ਤੇਰੇ ਭਰਾ ਨੂੰ ਜਾਣਦੀ ਹੈ ਨਾ ਤੇਰਾ ਵਿਆਹ ਕੋ ਨਹੀਂ ਕਰਨਾ ਉਹਨੇ ਤੂੰ ਉਹਨੂੰ ਦਿਲ ਤੋਂ ਦਿਮਾਗ 'ਚੋਂ ਭੁੱਲ ਜਾ ਹੁਣ ਸਰਦਾਰ ਨੂੰ ਠੀਕ ਹੈ ਸਭੋ ਭਾਬੀ ਅੱਜ ਤੋਂ ਬਾਅਦ ਮੈਂ ਭੁੱਲਣ ਦੀ ਕੋਸ਼ਿਸ਼ ਕਰਾਂਗੀ ਪਰ ਵਾਅਦਾ ਨਹੀਂ ਕਰ ਸਕਦੀ ਕਿ ਮੈਂ ਸਰਦਾਰ ਨੂੰ ਭੁੱਲ ਜਾਵਾਂਗੀ ਜਿੱਥੇ ਬਿੱਲਾ ਵੀਰ ਕਹੂਗਾ ਵਿਆਹ ਤਾਂ ਮੈਂ ਉੱਥੇ ਹੀ ਕਰਵਾ ਲੈਣਾ ਹਾਂ ਚੱਲ ਹੁਣ ਐਂ ਕਰ ਤੇਰੇ ਵੀਰ ਨੂੰ ਰੋਟੀ ਪਾ ਕੇ ਦੇ ਦੇ ਨਾਲੇ ਤੁਸੀਂ ਖਾ ਲਓ ਚੱਲ ਮੀਨਾ ਤੂੰ ਵੀ ਖਾ ਲੈ ਰੋਟੀ ਹੁਣ ਬਿੱਲੇ ਵੀਰ ਨੂੰ ਰੋਟੀ ਫੜਾ ਦਿੰਦੀ ਹਾਂ ਮੈਂ ਮੇਰਾ ਤਾਂ ਸਭੋ ਬਾਬੀ ਨਾ ਰੋਟੀ ਨੂੰ ਦਿਲ ਕਰਦਾ ਨਾ ਪਾਣੀ ਨੂੰ ਦਿਲ ਕਰਦਾ ਕਿਸੇ ਚੀਜ਼ ਨੂੰ ਦਿਲ ਨਹੀਂ ਕਰਦਾ ਸਰੀਰ ਨਾਲ ਕੀ ਵੈਰ ਹੈ ਰੋਟੀ ਖਾ ਲਾ ਦੋ ਰੋਟੀਆਂ ਬਾਬੀ ਸਰੀਰ ਦਾ ਵੀ ਕੀ ਕਰਨਾ ਜਦੋਂ ਮਨ ਦੀਆਂ ਰੀਝਾਂ ਪੂਰੀਆਂ ਨਹੀਂ ਨਾ ਹੁੰਦੀਆਂ ਤੇ ਕੁਝ ਨਹੀਂ ਚੰਗਾ ਲੱਗਦਾ ਤੇ ਜੀ ਨਾਲ ਹੀ ਜਹਾਨ ਹੈ
ਆ ਚੱਲ ਦੋ ਰੋਟੀ ਖਾ ਲੈ, ਨਾਲੇ ਤੇਰੇ ਵੀਰ ਨੂੰ ਫੜਾ ਦੇ। ਠੀਕ ਹੈ, ਪਿੱਲੇ ਵੀਰ ਨੂੰ ਫੜਾ ਦਿੰਦੀ ਹਾਂ। ਇਹਨੇ ਤਾਂ ਮੈਨੂੰ ਵੀ ਮਰਵਾਉਣਾ ਹੀ ਨਾਲ। ਨਹੀਂ ਸੱਬੋ ਭਾਬੀ, ਤੈਨੂੰ ਕਿਉਂ ਮਰਵਾਉਣਾ ਮੈਂ। ਇਹ ਛੋਟੀ ਅੰਦਰੋਂ ਭਾਂਡੇ ਲਿਆ ਕੇ ਦੇ ਮੈਨੂੰ ਯਾਰ। ਬੈਟਰੀ ਬੂਟਰੀ ਵੀ ਨਵੀਂ ਹੈ ਜਮਾਂ, ਹਨਾ ਜਮਾਂ। ਇਹ ਤਾਂ ਕੋਕਾ ਪੀਸ ਆ। ਕਿੰਨੇ ਦਾ ਬਣ ਗਿਆ ਫਿਰ ਇਹ? ਇਹ ਯਾਰ ਤੇਥੋਂ ਕੀ ਲੁਕੋਆ, 1,40,000 ਦਾ ਲਿਆਂਦਾ। ਚੱਲ ਵਧੀਆ ਯਾਰ, ਬਾਕੀ ਆ ਜਾਂਗਾ। ਟਰੈਕਟਰ ਬਿਨਾਂ ਤਾਂ ਫਿਰ ਜ਼ਿਮੀਂਦਾਰ ਨੂੰ ਸਰਦਾ ਹੀ ਨਹੀਂ ਹੈ ਨਾ। ਸਰਦਾ ਨਹੀਂ ਭਰਾਵਾ। ਹਾਂ ਵਧੀਆ, ਰੋਜ਼ ਕਿਹਦਾ ਮੰਗੀਏ ਹੈ। ਆਪਦਾ ਜਾਇ ਜਾਂ ਮਰਜ਼ੀ ਹੋਵੇ ਚੰਗਾ ਹੀ ਹੁੰਦਾ। ਉਹ ਸੱਚ ਇੱਕ ਗੱਲ ਤੈਨੂੰ ਪਤਾ? ਕਿਹੜੀ? ਉਹ ਗੱਡੀਆਂ ਵਾਲੀ ਤਾਰੋ ਦੀ, ਸਰਪੰਚ ਦਾ ਮੁੰਡਾ ਉਹਨਾਂ ਦੇ ਉੱਥੇ ਵਾਗਾ ਕਬੀਲੇ 'ਚ। ਅੱਛਾ। ਅਤੇ ਉਹਨਾਂ ਨੇ ਭੰਨਤਾ, ਰਗੜਤਾ, ਅਤੇ ਸਾਰੇ ਪਿੰਡ 'ਚ ਗੱਲ ਉੱਡੀ ਪਈ ਆ। ਅੱਛਾ ਯਾਰ। ਹਾਂ ਆ ਤਾਂ ਯਾਰ ਨਾ ਮੈਨੂੰ ਤੇਰੇ ਟਰੈਕਟਰ ਨਾਲੋਂ ਵੀ ਵੱਧ ਖੁਸ਼ੀ ਵਾਲੀ ਗੱਲ ਲੱਗਦੀ ਹੈਗੀ। ਕਿਉਂ? ਤੈਨੂੰ ਕਾ ਤੂੰ ਇੰਨੀ ਖੁਸ਼ੀ ਹੋਈ ਜਾਂਦੀ ਆ? ਉਹ ਮੇਰਾ ਸਰਪੰਚ ਨਾਲ ਹਿਸਾਬ ਕਿਤਾਬ ਜਿਹਾ ਰਹਿੰਦਾ ਹੈਗਾ। ਇੱਕ ਵਾਰੀ ਨਾ ਮੈਥੋਂ ਵੀ ਇਹ ਗਲਤੀ ਜੀ ਹੋ ਗਈ ਸੀਗੀ। ਇੱਥੋਂ ਵੀ ਉਹਨਾਂ ਨਾਲ ਹੀ ਹੋ ਗਈ ਸੀ? ਓਏ ਨਹੀਂ ਨਹੀਂ, ਉਹਨਾਂ ਨਾਲ ਕਾਹਨੂੰ, ਉਹ ਤਾਂ ਊਂ ਸੀ ਕਿਸੇ ਨਾਲ। ਸਰਪੰਚ ਨੇ ਪਤਾ ਕੀ ਕੀਤਾ? ਕੀ ਕੀਤਾ ਓਏ? 10,000 ਰੁਪਇਆ ਤਾਂ ਮੈਨੂੰ ਜੁਰਮਾਨਾ ਲਾਇਆ। ਕਹਿੰਦਾ ਤੁਸੀਂ ਗਰੀਬਾਂ ਨਾਲ ਧੱਕਾ ਕਰ ਦਿਓਗੇ, ਇਹੋ ਜਿਹੀਆਂ ਗੱਲਾਂ ਬਾਤਾਂ ਕਰਦੇ ਹੋ ਹੈਂ। ਤੇ 6 ਮਹੀਨੇ ਬਈ ਮੈਨੂੰ ਪਿੰਡ ਦੀ ਜੂਹ 'ਚ ਪੈਰ ਧਰਨ ਤੋਂ ਰੋਕਿਆ ਉਹਨੇ। ਹਾਂ ਤੇ ਹੁਣ ਪਤਾ ਕੀ ਹੈ? ਹੁਣ ਉਹਦੇ ਮੁੰਡੇ ਨੇ ਗਲਤੀ ਕਰੀ ਹੈ, ਤੇ ਉਹੀ ਗਲਤੀ ਕੀਤੀ ਹੈਗੀ, ਤੇ ਹੁਣ ਵਾਰੀ ਮੇਰੀ ਹੈਗੀ। ਲੈ ਮਿੱਤਰਾ ਗੱਲ ਸੁਣ ਲਾ, ਕੋਕੇ ਲਾ ਦੇ, ਹੁਣ ਆ ਗਿਆ, ਰੱਬ ਨੇ ਤੇਰਾ ਟਾਈਮ ਲਿਆਂਦਾ। ਕੋਈ ਗੱਲ ਹੀ ਨਾ ਬਣ ਸਕੇ, ਗੱਲ ਹੀ ਕੋਈ ਨਹੀਂ ਹੈਗੀ। ਹੁਣ ਪੰਚਾਇਤ ਇਕੱਠੀ ਕਰੀ ਲੈ। ਹਾਂ ਤੇ ਨਹੀਂ ਹੁਣ ਉਹਨੂੰ ਸਾਰ ਰੱਖੀ ਪਿੰਡੋਂ ਬਾਹਰ। ਉਹ ਚੱਕਰੀ ਕੋਈ ਨਹੀਂ, ਚੱਲ ਜਿਵੇਂ ਹੋਊ ਅਸੀਂ ਤਾਂ ਦੇਖਣਾ ਹੀ ਹੈ। ਜੱਟ ਚੱਲ ਕੇ ਨਾ ਲਾਟ ਆਪਾਂ ਤਾਂ ਆ ਜਾ, ਤੈਨੂੰ ਤਾਂ ਉੱਥੇ ਬੰਨਦਾ, ਇਹਨੂੰ ਵੀ ਨਹੀਂ ਦੇਖਦੇ। ਹੁੱਕਾ ਹੁੱਕਾ ਸਾਰਾ ਦਿਨ ਹੁੱਕੇ ਨੂੰ ਦੇਖੀ ਜਾਂਦੇ। ਨੀ ਤਾਰੋ ਕੀ ਕਰਦੀ ਏ? ਗੱਲ ਸੁਣ ਮੇਰੀ। ਆਉਣੀ ਆ ਸਭ ਭਾਬੀ। ਹਾਂ ਸੱਬੋ ਭਾਬੀ। ਹਾਂ ਮੈਂ ਤੈਨੂੰ ਇਹ ਕਹਿੰਦੀ ਸੀ ਤੂੰ ਪਾਣੀ ਲੈ ਆਉਂਦੀ। ਸੱਬੋ ਭਾਬੀ ਤੈਨੂੰ ਪਤਾ ਤਾਂ ਹੈ ਬਿੱਲੇ ਵੀਰ ਨੇ ਕੱਲ ਕਿੰਨਾ ਕੁਝ ਬੋਲਿਆ ਮੈਨੂੰ। ਪਾਣੀ ਲੈਣ ਤੇ ਮੈਂ ਚਲੀ ਜਾਵਾਂਗੀ, ਤੇ ਪਤਾ ਨਹੀਂ ਵੀਰਾ ਮੈਨੂੰ ਕੀ ਬੋਲੇਗਾ। ਕੋਈ ਨਾ, ਤੇਰੇ ਵੀਰ ਨੂੰ ਮੈਂ ਕਹਿ ਦੇਣਾ, ਮੇਰੇ ਲੱਤ 'ਚ ਦਰਦ ਬੜਾ ਹੁੰਦਾ ਏ, ਮੈਂ ਤੂੰ ਚੱਲਿਆ ਨਹੀਂ ਜਾਂਦਾ। ਸੱਬੋ ਭਾਬੀ ਫਿਰ ਮੈਂ ਮੀਨਾ ਨੂੰ ਨਾਲ ਲੈ ਚੱਲਦੀ। ਹਾਂ ਮੀਨਾ ਨੂੰ ਲੈ ਜਾ ਤੂੰ ਨਾਲ ਉਹਨੂੰ, ਕੱਲੀ ਨੂੰ ਤਾਂ ਉਹ ਮੈਨੂੰ ਬੜਾ ਹੀ ਬੋਲੇਗਾ। ਹਾਂ ਤੂੰ ਮੀਨਾ ਨੂੰ ਲੈ ਜਾ ਨਾਲ ਉਹਨੂੰ, ਆਵਾਜ਼ ਮਾਰ ਲੈ। ਚੱਲ ਠੀਕ ਹੈ ਸੱਬੋ ਭਾਬੀ, ਆਰਾਮ ਕਰ ਲੈ। ਕੀ ਹੋਇਆ ਵੈਸੇ ਲੱਤ ਨੂੰ? ਪਤਾ ਹੀ ਨਹੀਂ ਕੀ ਹੋਇਆ, ਇੱਕਦਮ ਲੱਗ ਗਈ ਹੈ ਦਰਦ ਕਰਨ। ਚੱਲ ਤੂੰ ਆਰਾਮ ਕਰ ਲੈ, ਮੈਂ ਲੈ ਕੇ ਆਉਂਦੀ ਹਾਂ ਪਾਣੀ। ਇਹ ਮੀਨਾ। ਹਾਂ ਦੀਦੀ। ਚੱਲ ਪਾਣੀ ਲੈ ਕੇ ਆਈਏ, ਸੱਬੋ ਭਾਬੀ ਦੀ ਲੱਤ ਬੜੀ ਦਰਦ ਕਰਦੀ ਪਈ ਹੈ। ਤੇ ਫਿਰ ਮੈਂ ਵੀ ਮਟਕਾ ਚੱਕਾਂ? ਉਹ ਤੂੰ ਰਹਿਣ ਦੇ, ਮਟਕਾ ਚੱਕਣ ਨੂੰ ਛੋਟੀ ਬੜੀਆਂ ਤੋੜ ਕੇ ਰੱਖ ਦੇਣਾ ਤੂੰ। ਚਲੋ ਠੀਕ ਹੈ, ਮੈਂ ਚੱਲਦੀ ਹਾਂ। ਚੱਲ ਚੱਲੀਏ। ਸੱਬੋ ਭਾਬੀ ਦੀ ਲੱਤ ਨੂੰ ਪਤਾ ਨਹੀਂ ਕੀ ਹੋ ਗਿਆ ਵਿਚਾਰੀ ਦੀ, ਹੁਣ ਬਿੱਲੇ ਤੋਂ ਵੀ ਡਰ ਲੱਗਦਾ, ਪਤਾ ਨਹੀਂ ਕੀ ਬੋਲੇ ਗਿਆ। ਮੈਂ ਕਿਹਾ ਚੱਲ ਤੈਨੂੰ ਨਾਲ ਲੈ ਚੱਲਦੀ ਹਾਂ ਮੈਂ। ਹਾਂ ਉਹ ਤਾਂ ਹੈ ਮੀਨਾ, ਤੇਰਾ ਦਿਲ ਲੱਗ ਗਿਆ ਨਾ ਸਾਡੇ ਘਰ। ਹਾਂ ਹਾਂ ਦਿਲ ਤਾਂ ਲੱਗ ਗਿਆ, ਪਰ ਬਿੱਲੇ ਜੀਜੇ ਤੋਂ ਥੋੜਾ ਕਿ ਡਰ ਜਿਹਾ ਲੱਗਦਾ ਰਹਿੰਦਾ, ਉਹ ਬੋਲਦਾ ਬਹੁਤ ਹੀ ਥੋੜਾ। ਉਹ ਤਾਂ ਡਰਨ ਦੀ ਕੋਈ ਲੋੜ ਨਹੀਂ, ਉਹਨੂੰ ਆਦਤ ਹੈ ਬੋਲਣ ਦੀ, ਬੋਲਦਾ ਰਹਿੰਦਾ ਸਾਰਾ ਦਿਨ, ਬੋਲਦਾ ਰਹਿੰਦਾ। ਉਹ ਤੁਸੀਂ ਕਿੱਧਰ ਮੂੰਹ ਚੱਕੇ ਆਈ, ਕਿੱਧਰ ਚਲੀ? ਉਹ ਵੀਰੇ ਸੱਬੋ ਭਾਬੀ ਦੀ ਲੱਤ 'ਚ ਬੜਾ ਦਰਦ ਹੋ ਰਿਹਾ ਸੀ, ਸੱਬੋ ਭਾਬੀ ਕਹਿੰਦੀ ਪਾਣੀ ਲਿਆ, ਤੇ ਮੈਂ ਨਾਲ ਮੀਨਾ ਨੂੰ ਲੈ ਕੇ, ਮੈਂ ਕਿਹਾ ਚਲੋ ਪਾਣੀ ਲੈ ਆਉਂਦੀ ਹਾਂ। ਉਹ ਤਾਂ ਇੰਨੇ ਕਿੰਨੇ ਵਾਰੀ ਗਈ, ਪਾਣੀ ਨਹੀਂ ਲੈਣ ਜਾਣਾ, ਤੇ ਫਿਰ ਤੂੰ ਮੂੰਹ ਚੱਕ ਕੇ ਇੱਧਰ ਚੱਲ ਵੀ ਹੈ? ਪਾਣੀ ਨਹੀਂ ਲੈਣ ਜਾਂਦੀ ਬਿੱਲੇ ਵੀਰ, ਆਪ ਤੇ ਤੂੰ ਕੋਈ ਕੰਮ ਕਰਦਾ ਨਹੀਂ, ਪਿੰਡ ਗਲੇ 'ਚ ਗੇੜਾ ਮਸਾਂ ਦੇਖ ਕੇ ਆਉਣਾ, ਜਾਂ ਤੂੰ ਪਾਣੀ ਵੀ ਖੁਦ ਲੈ ਆਇਆ ਕਰ। ਗੱਲ ਤੂੰ ਮੇਰੀ ਸੌਂ ਕਹਦੀ ਸੀ ਕਿ ਮੈਂ ਪੈਰ ਬਾਹਰ ਨਹੀਂ ਰੱਖਣਾ, ਤੇ ਅੱਜ ਤੂੰ ਫਿਰ ਤੁਰ ਪਈ ਹੈ। ਕੱਲੇ ਸੌਂ ਨੂੰ ਕੀ ਕਰਾਂ, ਬਾਬੀ ਦੇ ਦਰਦ ਹੋ ਰਿਹਾ ਸੀ, ਤੇ
ਪਿਆਸੇ ਮਰੀ ਜਾਈਏ ਸਾਰਾ ਦਿਨ। ਹਾਂ ਬੇਸੀ ਮੈਨੂੰ ਪਤਾ ਏ ਤੂੰ ਸਰਦਾਰ ਕੋਲ ਜਾਣਾ ਈ। ਮੈਂ ਨਹੀਂ ਸਰਦਾਰ ਕੋਲੇ ਜਾਣਾ, ਪਾਣੀ ਲੈਣ ਹੀ ਜਾਣੀ ਲੈ, ਖੁਦ ਲਿਆ ਫਿਰ। ਹਾਂ ਖੁਦ ਲਿਆ, ਹਜੇ ਅੱਗੇ ਜਵਾਨ ਲੜਾ ਰਹੀ ਏ ਮੇਰੀ। ਜਵਾਨ ਤੇ ਲੜਾਉਣੀ ਏ ਤੇ ਐਵੇਂ ਬਿਨਾਂ ਗੱਲ ਤੋਂ ਬੋਲਦਾ ਰਹਾਂ, ਦੇਖ ਲੈ ਮੀਨਾ ਤੂੰ ਇਹਦੇ ਲੱਛਣ। ਦੂਧ ਦੀ ਸਾਲੀ ਅਗਰ ਡਿੱਗ ਜਾਂਦੀ ਨਾ, ਇਹ ਤੇ ਜਿਹੋ ਜੀ ਹੈ। ਉਹ ਤੇ ਦੋ ਦਿਨ ਪ੍ਰਾਹੁਣੀ ਆਈ, ਉਹਨੂੰ ਕਿਉਂ ਵੱਧ ਘੱਟ ਬੋਲੀ ਜਾਂਦੀ। ਮੇਰੇ ਅੱਗੇ ਜਵਾਨ ਨਾ ਲੜਾ, ਚੱਲ ਹਾਂ ਤੈਨੂੰ ਬੰਦਾ ਈ, ਮੈਂ ਤੂੰ ਇਹ ਨਹੀਂ ਲੋਟਾਉਣਾ ਈ। ਬਿੱਲੇ ਵੀਰ ਤੂੰ ਮੇਰੇ ਨਾਲ ਇਦਾਂ ਕਿਉਂ ਕਰਦਾ ਹਮੇਸ਼ਾ? ਤੂੰ ਜਾ ਕੇ ਤੇ ਸਾਡੇ ਸਿਰ ਖੇਪ ਪਵਾਈ ਜਾ। ਕੀ ਖੇਪ ਪਵਾਈ ਏ, ਐਵੇਂ ਤੂੰ ਤਾਂ ਬਹਿਮ ਪਾਲ ਰੱਖਿਆ ਆਪਣੇ ਦਿਲ ਦੇ ਵਿੱਚ। ਤੈਨੂੰ ਨਹੀਂ ਪਤਾ ਏ ਸਾਲੀ ਇਹ ਕਿਹੋ ਜਿਹੇ ਲੱਛਣ ਕਰਦੀ ਫਿਰਦੀ। ਹਾਂ ਇੰਨੀ ਚੰਗੀ ਏ, ਤੈਨੂੰ ਕੁਛ ਨਹੀਂ ਪਤਾ ਏ, ਤੂੰ ਚੰਗੀ ਏ, ਤੈਨੂੰ ਇਹ ਚੰਗੀ ਲੱਗਦੀ। ਚੰਗਾ ਤੇ ਭਗਵਾਨ ਮੈਨੂੰ ਆਪਣੇ ਕੋਲ ਬੁਲਾ ਲੈ। ਹਾਂ ਭਗਵਾਨ ਬੁਲਾ ਲੈ ਤੈਨੂੰ, ਭਗਵਾਨ ਨੇ ਤੇਰੇ ਤੋਂ ਕੀ ਕਰਾਉਣਾ ਏ? ਬਾਰ ਬਾਰ ਰੱਖੀ ਤੈਨੂੰ ਮੈਂ ਦੱਸਾਂ ਪਤਾ ਕੀ ਹੋਇਆ, ਇਹ ਤਾਂ ਪਾਣੀ ਲੈਣ ਗਈ ਸੀ। ਪਾਣੀ ਕਿਹਨੇ ਵੇਜਿਆ ਸੀ? ਮੈਂ ਵੇਜਿਆ ਸੀ। ਤੈਨੂੰ ਕੀ ਹੋਇਆ? ਮੇਰੀ ਲੱਤ ਦੁਖਦੀ ਪਈ ਸੀ। ਹਾਂ ਲੱਤ ਦੁਖਦੀ ਹੈ ਬੜਾ, ਤੇਰੀ ਲੱਤ ਨੂੰ ਕੀ ਹੋਇਆ ਏ? ਇਹਨੂੰ ਤਾਂ ਮੈਂ ਹੀ ਵੇਜਿਆ ਸੀ ਪਾਣੀ ਲੈਣ, ਕੀ ਹੋਇਆ ਈ, ਕਿਉਂ ਮਾਰਦੇ ਪਏ ਹੋ? ਤੂੰ ਬੋਲਿਆ ਸੀ ਨਾ ਕਿ ਬਿੱਲਾ ਵੀਰ ਮੈਨੂੰ ਬੋਲੇਗਾ। ਤੈਨੂੰ ਮੈਂ ਕਿੰਨੇ ਵਾਰੀ ਕਿਹਾ ਵੀ ਪਾਣੀ ਲੈਣ, ਤੂੰ ਜਾਣਾ, ਇਹਨੂੰ ਨਹੀਂ ਜਾਣ ਦੇਣਾ। ਮੇਰੀ ਲੱਤ ਦੁਖਦੀ ਪਈ ਸੀ ਤਾਂ ਵੇਜਿਆ ਸੀ ਮੈਂ ਇਹਨੂੰ ਪਾਣੀ ਲੈਣ। ਲੱਤ ਦੁਖਣੋ ਲੈ ਇਹਦੇ ਨਾਲ ਮੀਨਾ ਨੂੰ। ਉਹ ਮੀਨਾ ਇਹਦੇ ਨਾਲ ਹੀ ਤਾਂ ਗਈ ਸੀ। ਇਹਨੂੰ ਵੇਜਿਆ ਸੀ ਜਿਹੋ ਜੀ ਆਹ ਲੱਛਣ ਕਰਦੀ, ਉਹ ਜੇ ਇਹਨੇ ਕਰ ਲਾ ਦੇਣਾ। ਇਹਨੇ ਕੀ ਲੱਛਣ ਕਰਤੇ, ਇਹਨੇ ਤਾਂ ਪਾਣੀ ਲੈਣ ਮੈਂ ਵੇਜਿਆ ਸੀ। ਪਾਣੀ ਲੈਣ ਵੇਜੇ, ਤੈਨੂੰ ਪਤਾ ਨਾ ਕੀ ਜੰਦ ਚੜਾਉਂਦੀ ਫਿਰਦੀ ਏ, ਪਾਣੀ ਲੈਣ ਤੇ ਜਾਂਦੀ ਕੋਈ ਨਹੀਂ, ਸਰਦਾਰ ਕੋਲ ਖੜਦੀ ਏ ਜਾ ਕੇ। ਲੈ ਹੋਰ ਪਾਣੀ ਕੌਣ ਲੈ ਕੇ ਆਏਗਾ ਫਿਰ? ਤੂੰ ਤਾਂ ਲਿਆਉਣਾ ਕੋਈ ਨਹੀਂ, ਤੂੰ ਤਾਂ ਕੰਮ ਨਹੀਂ ਕਰਨਾ। ਮੈਂ ਹਜੇ ਮੈਂ ਸਾਰੇ ਕੰਮ ਹੀ ਕਰਾਂ, ਪਾਣੀ ਕੋਈ ਨਹੀਂ ਲੈ ਸਕਦੀ ਤੂੰ ਗੱਲ। ਸੱਬਾ ਮਾਫੀ, ਭਗਵਾਨ ਕੀ ਕਸਮ ਮੈਂ ਸਰਦਾਰ ਕੋਲੇ ਨਹੀਂ ਗਈ। ਹਾਂ ਨਹੀਂ ਗਈ, ਤੂੰ ਜਾਣਾ ਤਾਂ ਸੀ ਨਾ, ਤੈਨੂੰ ਕਿਹਾ ਜੇ ਤੂੰ ਪੈਰ ਬਾਹਰ ਨਹੀਂ ਰੱਖਣਾ, ਤੂੰ ਤੇ ਵਾਹਨਾ ਵਾਲਦੀ ਕਦੋਂ ਮੈਂ ਸਰਦਾਰ ਕੋਲ ਜਾਵਾਂ। ਇਹਨੂੰ ਮੈਂ ਵੇਜਿਆ ਸੀ। ਹਾਂ ਨਾਲ ਉਹ ਤੈਨੂੰ ਨਹੀਂ ਪਤਾ ਮੀਨਾ ਇਹਦਾ ਕੁਛ ਵੀ ਨਹੀਂ ਪਤਾ ਕੀ ਲੱਛਣ ਕਰਦੀ ਏ, ਹੁਣ ਤੇਰੇ ਤੋਂ ਸਾਰਾ ਪੜਦਾ ਰੱਖਿਆ ਹੋਇਆ ਸੀਗਾ, ਹੁਣ ਸਾਰਾ ਕੁਛ ਦੱਸਦੀ ਏ ਸਰਦਾਰ ਨਾਲ ਖੇ ਖਾਂਦੀ ਫਿਰਦੀ ਏ, ਆਪਣੇ ਸਾਰੇ ਕਬੀਲੇ ਨੇ ਇਹਨੇ ਇੱਜ਼ਤ ਮਿੱਟੀ ਚ ਰੋਲ ਦਿੱਤੀ ਏ। ਕੋਈ ਨਾ ਜਵਾਕ ਤੋਂ ਗਲਤੀ ਹੋ ਹੀ ਜਾਂਦੀ ਏ, ਕੋਈ ਨਾ ਅੱਗੇ ਤੋਂ ਨਹੀਂ ਜਾਏਗੀ, ਮੈਂ ਜਾ ਜਾਈ। ਜਵਾਕੜੀ ਏ ਦੇਖ ਤੇ ਲੱਗੇ ਜਵਾਨ ਲੜਾ ਰਹੀ ਏ ਵੀਰੇ। ਹਾਂ ਇਹਨੇ ਕੋਈ ਪਤਾ ਨਹੀਂ ਲੱਗਿਆ ਇਹਨੂੰ, ਅਜੇ ਕੋਈ ਗਲਤੀ ਨਹੀਂ ਮੰਨਦੀ, ਮੈਂ ਤੈਨੂੰ ਦੱਸਾਂ। ਲੱਛਣ ਕਰਦੀ ਪਈ, ਗੱਲ ਸੁਣੀ ਮੇਰੀ, ਹੁਣ ਤੈਨੂੰ ਦੱਸਾਂ ਜੇ ਤੂੰ ਹੁਣ ਬਾਹਰ ਗਈ ਤੇ ਕਿਸੇ ਨੇ ਹੱਥ ਖੋਲੇ ਨਾ ਤੇ ਮੈਂ ਉਹਨੂੰ ਵੀ ਵੱਡ ਸੁੱਟਣਾ ਏ। ਬਿੱਲੇ ਵੀਰ ਇੰਨਾ ਜ਼ੁਲਮ ਨਾ ਕਰ ਮੇਰੇ ਤੇ, ਨਾ ਕਰ, ਇਸ ਤੋਂ ਚੰਗਾ ਤਾਂ ਮੈਨੂੰ ਜਾਨ ਤੋਂ ਮਾਰ ਦੇ ਤੂੰ। ਉਹ ਜਾਨ ਤੋਂ ਮਾਰ ਨਹੀਂ ਤੇ ਇਹਨੂੰ ਨਾਲੇ ਉਹ ਸਰਦਾਰ ਨੂੰ ਜਿਸ ਦਿਨ ਦੱਸੋ ਦੁਬਾਰਾ ਗਲਤੀ ਕੀਤੀ ਏ। ਬਿੱਲੇ ਵੀਰ ਇੱਕ ਗਲਤੀ ਦੀ ਮੈਨੂੰ ਇੰਨੀ ਵੱਡੀ ਸਜ਼ਾ ਨਾ ਦਿਓ, ਮੈਂ ਅੱਜ ਕਿਤੇ ਵੀ ਨਹੀਂ ਸੀ ਜਾਣਾ, ਮੈਂ ਸਿਰਫ ਪਾਣੀ ਲੈਣ ਗਈ ਸੀ। ਪਾਣੀ ਕਿਤੇ ਲੈਣ ਗਈ ਸੀ? ਕਿੰਨੇ ਵਾਰੀ ਪਾਣੀ ਲੈਣ ਗਏ ਤੇ ਉੱਥੇ ਖੜੀ ਹੁੰਦੀ ਸਰਦਾਰ ਕੋਲ ਜਾ ਕੇ, ਤੇ ਕੀ ਕਰਦੀ ਹੁੰਦੀ ਉਹਦੇ ਕੋਲ? ਬਿੱਲੇ ਵੀਰ ਇੰਨਾ ਝੂਠ ਕਿਉਂ ਬੋਲਦੇ ਹੋ, ਸਰਦਾਰ ਕਿੱਥੇ ਸੀ? ਅਸੀਂ ਤੇ ਇਕੱਲੇ ਆ ਸੀ, ਮੈਂ ਤੇ ਮੀਨਾ ਦੋਨੋਂ। ਉਹ ਤੇ ਮੈਂ ਮਿਲ ਗਿਆ ਰਸਤੇ 'ਚ, ਜਾਣਾ ਤਾਂ ਉੱਥੇ ਹੀ ਸੀ ਨਾ, ਉਹਦੇ ਕੋਲ ਹੀ ਜਾਣਾ ਸੀ। ਮੈਨੂੰ ਪਤਾ ਸੀ ਸਭ। ਬਿੱਲੇ ਵੀਰ ਭਗਵਾਨ ਦਾ ਵਾਸਤਾ ਏ, ਜਿੱਥੇ ਤੂੰ ਕਹੇਂਗਾ ਮੈਂ ਉੱਥੇ ਵਿਆਹ ਕਰਵਾ ਲੈਣਾ, ਇੰਨਾ ਜ਼ੁਲਮ ਨਾ ਕਰ ਮੇਰੇ ਤੇ। ਜੇ ਤੂੰ ਇੰਨੀ ਸੋਚਦੀ ਹੁੰਦੀ ਤਾਂ ਪਹਿਲਾਂ ਆ ਲੱਛਣੀ ਕਿਉਂ ਕਰਨੀ ਸੀ ਵੀਰ? ਹਾਂ ਸਾਡੇ ਸਿਰ ਖੇ ਨਾ ਪਵਾਉਂਦੀ, ਹੁਣ ਸਾਰੇ ਪਿੰਡ ਦੇ ਵਿੱਚ ਗੱਲ ਉੱਡੀ ਪਈ ਏ ਤੇਰੀ, ਸਾਰੇ ਪਿੰਡ ਨੂੰ ਪਤਾ ਕਿ ਦਾਰੂ ਕੀ ਕਰਦੀ ਫਿਰਦੀ। ਸੱਬੋ ਬਾਬੀ ਨੇ ਭੇਜਤਾ, ਮੈਂ ਨਹੀਂ ਜਾਣਾ ਸੀ। ਸੱਬੋ ਬਾਬੀ ਦੀ ਮੈਂ ਲੱਤ ਤੋੜਨੀ ਹੈ ਹੁਣ। ਹਾਂ ਉਹ ਭੇਜ ਦਿੰਦੀ ਹੈ ਤੈਨੂੰ, ਉਹ ਤਾਂ ਕੰਮ ਕੋਈ ਨਹੀਂ ਹੁੰਦਾ, ਇੱਕ ਬਾਣੀ ਤੇ ਲੈ ਕੇ ਆਉਣਾ ਹੁੰਦਾ। ਸੱਬੋ ਬਾਬੀ ਮੇਰੇ ਹੱਥ ਖੋਲਦੇ। ਹਾਂ ਖੋਲਦੇ ਹੱਥ, ਜੇ ਉਹਨੇ ਹੱਥ ਖੋਲੇ ਤਾਂ ਮੈਂ ਉਹਨੂੰ ਵੀ ਮਾਰਨਾ ਤੈਨੂੰ ਦੱਸਿਆ, ਹੱਥ ਤੇਰੇ ਕੋਈ ਨਹੀਂ ਖੋਲਣੇ ਹੋਣਾ ਤੇ ਨਾ ਹੀ ਤੈਨੂੰ ਕਿਤੇ ਜਾਣ ਦੇਣਾ, ਬਸ ਇੱਥੇ ਹੀ ਰਹਿਣਾ ਅੰਦਰ ਹੀ। ਹਾਂ ਘਰੋਂ ਵੈਰ ਬਾਹਰ ਨਾ ਰੱਖਦੀ, ਦੱਸਿਆ ਤੈਨੂੰ ਮੈਂ। ਹਾਂ ਚੁੱਪ ਕਰਕੇ ਵੈਸੇ ਇੱਥੇ ਬੈਠ, ਕੀਤੇ ਉਹਦੀ ਤੈਨੂੰ ਸਜ਼ਾ ਮਿਲੀ। ਇਦੂ ਬਾਅਦ ਜਦੋਂ ਜਿਉਂ ਨਹੀਂ ਤੂੰ ਜਿੰਦਾ ਰਹਿਣਾ ਤਾਂ ਬਸ ਇੱਥੇ ਹੀ ਰਹਿ, ਨਹੀਂ ਮਾਰਨਾ ਤੈਨੂੰ ਮੈਂ।
ਬੱਬੂ ਤੈਨੂੰ ਕਿਹਾ ਸੀ ਉਹਨੂੰ ਨਹੀਂ ਜਾਣ ਦੇਣਾ ਦਾਰਾ ਨੂੰ ਕਿਉਂ ਜਾਣ ਦਿੱਤਾ ਸੀ ਆ ਮੈਂ ਤਾਂ ਉਹਨੂੰ ਪਾਣੀ ਲੈਣ ਹੀ ਦੋਰਿਆ ਸੀ ਮੇਰੇ ਲੱਤ 'ਚ ਬੜਾ ਦਰਦ ਹੁੰਦਾ ਸੀ ਹਾਂ ਤੇਰੀ ਲੱਤ 'ਚ ਦਰਦ ਹੋਏ ਪਾਣੀ ਮੈਂ ਆਪੇ ਲਿਆਉਣਾ ਬਾਲਟੀ ਨਾਲ ਪਰ ਉਹਨੂੰ ਕਿਤੇ ਨਹੀਂ ਜਾਣ ਦੇਣਾ ਹੁਣ ਠੀਕ ਹੈ ਨਹੀਂ ਜਾਣ ਦਿੰਦੀ ਹਾਂ ਨਹੀਂ ਜਾਣ ਦਿੰਦੀ ਹੱਥ ਬੰਨੀ ਤੇ ਹੱਥ ਖੋਲੇ ਨਾ ਮੈਂ ਤੈਨੂੰ ਮਾਰ ਦੇਣਾ ਹੁਣ ਨਹੀਂ ਖੋਲਦੀ ਹਾਂ ਹੱਥ ਖੋਲੇ ਤੇ ਉਹ ਫੇਰ ਜਾਣੀ ਸਰਦਾਰ ਕੋਲੇ ਤੈਨੂੰ ਵੱਢਣਾ ਮੈਂ ਉਹਨੂੰ ਕੁਛ ਨਹੀਂ ਕਹਿਣਾ ਜਦੋਂ ਹੱਦ ਖੋਲਿਆ ਨਾ ਮੈਂ ਤੈਨੂੰ ਮਾਰਨਾ ਏ ਸੱਚੀ ਦੇ ਦਿੱਤਾ ਏ ਬਹੁਤ ਵਾਰ ਹੋ ਚੁੱਕਿਆ ਹੁਣ ਇਹ ਆਈ ਰਿਸ਼ਤੇਦਾਰ ਇਹ ਕੀ ਸੋਚੇਗੀ ਵੀ ਕਿਉਂ ਜਾਏ ਜੀਜੂ ਕੀ ਕਰਦਾ ਏ ਮਾੜਾ ਮਾੜਾ ਵੇਖਿਆ ਕਰੋ ਰਿਸ਼ਤੇਦਾਰ ਅੱਗੇ ਹੀ ਬੇਇੱਜ਼ਤੀ ਕਰਵਾ ਦੀ ਸਾਰੇ ਦੀ ਚੱਲ ਅੱਗੇ ਤੂੰ ਨਹੀਂ ਜਾਂਦੀ ਮੈਂ ਲੈ ਆਵਾਂਗੀ ਪਾਣੀ ਹਾਂ ਮੈਂ ਕੋਈ ਕੁਛ ਮਰਜ਼ੀ ਕਰ ਤੂੰ ਲਿਆ ਪੈਰ ਨੂੰ ਦੱਸ ਕੀ ਕੂੜ ਹੋਇਆ ਤੇਰੇ ਪੈਰ ਚੰਗਾ ਵਾਲਾ ਤੁਰ ਰਹੀ ਏ ਵਧੀਆ ਤੁਸੀਂ ਤਾਂ ਐਵੇਂ ਬੋਲਣਾ ਏ ਬਸ ਕਰੋ ਹੁਣ ਬਸ ਕਰੋ ਹੁਣ ਹੁਣ ਕੁਛ ਬਣਾ ਲਓ ਕੰਮ ਕਰ ਲਓ ਆਪਣਾ ਕਰ ਲਓ ਕੰਮ ਦੇਖ ਲਾ ਮੀਨਾ ਸਾਰਾ ਦਿਨ ਐਵੇਂ ਬੋਲਦੇ ਰਹਿੰਦੇ ਆ ਮੱਚੂ ਮੱਚੂ ਕਰਦਾ ਹੈ ਕੀ ਗੱਲ ਸੀ ਉਹਨੂੰ ਪਾਣੀ ਲੈਣ ਮੈਂ ਹੀ ਤੋਰਿਆ ਸੀ ਤੇ ਫਿਰ ਹੁਣ ਦੀਦੀ ਹੁਣ ਤੁਸੀਂ ਕੀ ਕਰਨਾ ਹੈ ਕੀ ਕਰਨਾ ਹੈ ਜੇ ਤਾਂ ਉਹਦੇ ਹੱਥ ਖੋਲਦੇ ਆ ਤਾਂ ਮਰਦੇ ਆ ਜੇ ਉਹਦੇ ਨਹੀਂ ਹੱਥ ਖੋਲਦੇ ਤਾਂ ਜਵਾਕੜੀ ਨੇ ਮਰ ਜਾਣਾ ਹੈ ਚੱਲ ਆਪੇ ਹੀ ਕਰ ਲੂਗਾ ਜਿਹੜਾ ਕੁਛ ਕਰਨਾ ਨਹੀਂ ਤਾਂ ਉਹਨੇ ਮੈਨੂੰ ਮਾਰ ਦੇਣਾ ਮੈਂ ਥੋੜੀ ਹੁਣ ਕੁੱਟ ਖਾਣੀ ਹੈ ਚੱਲ ਕੋਈ ਕੰਮ ਕਰ ਲਈਏ ਹੁਣ ਆਪਾਂ ਚੱਕ ਪਾਂਡੇ ਚੱਕ ਤੂੰ ਸਰਪੰਚ ਸਾਹਿਬ ਨੇ ਬਾਹਲੀ ਟਾਈਮ ਲਾਤਾ ਬਸ ਬਈ ਆਉਣ ਵਾਲੀ ਏ ਕਰਿਆ ਹੋਇਆ ਫੋਨ ਮੈਂ ਅੱਛਾ ਹਾਂ ਬਸ ਰਸਤੀ ਹੋ ਜਾਣਗੇ ਫੀ ਸਤਿ ਸ਼੍ਰੀ ਅਕਾਲ ਪੰਚਾਇਤੋ ਸਤਿ ਸ਼੍ਰੀ ਅਕਾਲ ਕਿਵੇਂ ਸੱਦਿਆ ਸੀਗਾ ਉਹ ਬੈਠੋ ਸਰਪੰਚ ਸਾਹਿਬ ਬੈਠਾ ਬੈਠਾ ਸੀ ਦੱਸੋ ਭਾਈ ਕਿਵੇਂ ਬੁਲਾਇਆ ਸੀ ਸਰਪੰਚ ਸਾਹਿਬ ਇਹ ਹਾਕਮ ਦੇ ਮੁੰਡੇ ਨੇ ਪੰਚਾਇਤ ਇਕੱਠੀ ਕੀਤੀ ਹੈ ਜੀ ਉਹ ਕਹਿੰਦੇ ਤੁਹਾਡੇ ਮੁੰਡੇ ਨੇ ਕੋਈ ਗਲਤੀ ਕੀਤੀ ਹੈ ਅੱਛਾ ਮੇਰੇ ਮੁੰਡੇ ਨੇ ਇਹ ਜੀ ਕੀ ਗਲਤੀ ਕੀਤੀ ਕਿੱਥੇ ਆ ਹਾਕਮ ਦਾ ਮੁੰਡਾ ਬਸ ਠੀਕ ਹੈ ਜੀ ਸਰਪੰਚ ਸਾਹਿਬ ਸਤਿ ਸ੍ਰੀ ਅਕਾਲ ਜੀ ਖਾਸ ਤੌਰ ਤੇ ਦੱਸਣਾ ਕੀ ਹੈ ਜੀ ਤੁਹਾਨੂੰ ਪਤਾ ਹੀ ਹੋਣਾ ਜੀ ਮੈਨੂੰ ਤਾਂ ਕੋਈ ਪਤਾ ਨਹੀਂ ਤੁਸੀਂ ਦੱਸੋ ਭਾਈ ਕੀ ਗੱਲ ਹੈ ਦੇਖੋ ਜੀ ਪੰਚਾਇਤੇ ਪਹਿਲਾਂ ਮੈਂ ਤੁਹਾਡੇ ਧਿਆਨ 'ਚ ਲਿਆ ਦਿਆਂ ਵੀ ਜਿਹੜਾ ਕਾਨੂੰਨ ਹੈ ਜਾਂ ਕੋਈ ਪੰਚਾਇਤੀ ਤੌਰ 'ਤੇ ਮਸਲਾ ਹੁੰਦਾ ਉਹ ਸਾਰਿਆਂ ਵਾਸਤੇ ਬਰਾਬਰ ਹੁੰਦਾ ਨਾ ਬਰਾਬਰ ਹਾਂਜੀ ਹਾਂਜੀ 6 ਮਹੀਨੇ ਪਹਿਲਾਂ ਮੈਥੋਂ ਇੱਕ ਗਲਤੀ ਹੋਈ ਸੀ ਅਤੇ ਉਹਦੇ ਬਦਲੇ 'ਚ ਸਰਪੰਚ ਸਾਹਿਬ ਨੇ ਮੈਨੂੰ ਨਾਲੇ ਤਾਂ 10,000 ਰੁਪਇਆ ਜੁਰਮਾਨਾ ਕੀਤਾ ਸੀਗਾ ਅਤੇ ਨਾਲੇ 6 ਮਹੀਨੇ ਮੈਨੂੰ ਇਹ ਵਰਜਿਆ ਸੀਗਾ ਵੀ ਤੂੰ ਪਿੰਡ ਦੀ ਜੂਹ 'ਚ ਨਹੀਂ ਵੜਨਾ ਅਤੇ ਜਿਹੜੀ ਗਲਤੀ ਮੈਂ ਕਰੀ ਸੀਗੀ ਉਹੀ ਸਰਪੰਚ ਦੇ ਮੁੰਡੇ ਨੇ ਕੀਤੀ ਹੈਗੀ ਕਿਉਂ ਸਰਪੰਚ ਪੱਕੀ ਗੱਲ ਸਹੀ ਕਹਿੰਦਾ ਇਹ ਮੇਰੇ ਮੁੰਡੇ ਨੇ ਗਲਤੀ ਇਹੋ ਜਿਹੀ ਗਲਤੀ ਕਰਤੀ ਮੇਰੇ ਮੁੰਡੇ ਨੇ ਸ਼ੇਰਾ ਬਜ਼ਾਰ ਤਾਂ ਜੀ ਕੀ ਪਾਉਣਾ ਤੂੰ ਖੁੱਲ੍ਹ ਕੇ ਦੱਸ ਗੱਲ ਕੀ ਹੋਈ ਆ ਹੋ ਚਾਚਾ ਸਾਂ ਗੱਲ ਤਾਂ ਇਹ ਹੋਈ ਹੈਗੀ ਵੀ ਸਰਪੰਚ ਸਾਹਿਬ ਦਾ ਮੁੰਡਾ ਝੁੱਗੀਆਂ ਵਾਲਿਆਂ ਦੀ ਕੁੜੀ ਨਾਲ ਬਹਾਰਾਂ ਲੁੱਟਦਾ ਫਿਰਦਾ ਹੈਗਾ ਅਤੇ ਅਗਲਿਆਂ ਨੇ ਧਰ ਕੇ ਖੁੱਲ੍ਹਿਆ ਵੀ ਹੈ ਉਹ ਅਤੇ ਦੇਖੋ ਜੀ ਵੀ ਜਿਹੜੀ ਗਲਤੀ ਮੈਂ ਕਰੀ ਸੀ ਮੇਰੇ ਨਾਲ ਤਾਂ ਉਹਨੇ ਵੱਡੀ ਗਲਤੀ ਕਰੀ ਹੈ ਮੇਰੇ ਕੁੱਟ ਤਾਂ ਨਹੀਂ ਪਈ ਸੀਗੀ ਇਹਦਾ ਤਾਂ ਮੁੰਡਾ ਕੁੱਟਿਆ ਵੀ ਹੈ ਉਹਨਾਂ ਨੇ ਫਿਰ ਹੁਣ ਸਰਪੰਚ ਸਾਹਿਬ ਐਂ ਦੇਖੋ ਵੀ 10,000 ਜੁਰਮਾਨਾ ਤੁਸੀਂ ਮੈਨੂੰ ਲਾਇਆ ਸੀ ਅਤੇ 6 ਮਹੀਨੇ ਇਹ ਕਿਹਾ ਸੀ ਵੀ ਪਿੰਡ ਦੀ ਜੂਹ 'ਚ ਨਹੀਂ ਬਣਨਾ ਅਤੇ ਹੁਣ ਇਹੀ ਫੈਸਲਾ ਅਤੇ ਰੂਲ ਤੁਹਾਡੇ ਆਪ ਦੇ ਮੁੰਡੇ 'ਤੇ ਲਾਗੂ ਹੁੰਦਾ
ਚੋ ਪੰਚਾਇਤੇ ਮੈਂ ਕੋਈ ਝੂਠ ਤਾਂ ਨਹੀਂ ਬੋਲਦਾ ਨਾ। ਸਹੀ ਆ ਸਰਪੰਚ ਸਾਹਿਬ, ਹੁਣ ਬਈ ਨੀਵੀਂ ਪਾ ਗਈ ਸਰਦਾ, ਖੁੱਲ੍ਹ ਕੇ ਦੱਸ ਖੁੱਲ੍ਹ ਕੇ ਹੁਣ, ਠੀਕ ਹੈ ਨਾ? ਜਿਵੇਂ 22 ਤੋਂ ਜੁਰਮਾਨਾ ਭਰਾਇਆ ਨਾਲੇ ਇਹਨੂੰ ਸਜ਼ਾ ਲਾਈ ਹੈ, ਉਹੀ ਹੁਣ ਤੇਰੇ ਮੁੰਡੇ ਨੂੰ ਲਾਉਣੀ ਪਊ ਸਰਪੰਚ ਸਾਹਿਬ। ਹੱਕ ਤਾਂ ਬਰਾਬਰ ਹੀ ਬਣਦਾ ਜੀ, ਬਰਾਬਰ ਹੀ ਬਣਦਾ ਜੀ। ਲਓ ਜੀ ਸਜ਼ਾ। ਦੇਖੋ ਪੰਚਾਇਤੇ, ਮੇਰਾ ਮੁੰਡਾ ਕੋਈ ਬਹਾਰਾ ਨਹੀਂ ਲੁੱਟਦਾ, ਮੇਰਾ ਮੁੰਡਾ ਉਹ ਕੁੜੀ ਨੂੰ ਪਿਆਰ ਕਰਦਾ ਤਾਰੂ ਨੂੰ, ਉਹਦੇ ਨਾਲ ਹੀ ਵਿਆਹ ਕਰਾਊਗਾ। ਹਾਂ ਭਾਈ ਸ਼ੇਰਾ, ਤੇ ਜਵਾਬ, ਇਹਦਾ ਮੁੰਡਾ ਤਾਂ ਵਿਆਹ ਕਰਾਊਗਾ, ਹੁਣ ਇਹਦੀ ਕੀ ਗਲਤੀ ਹੈ? ਲੈ ਪੰਚਾਇਤੇ, ਇਹ ਨਵੀਂ ਗੁੱਡੀਆਂ ਨਵੇਂ ਪਟੋਲੇ ਹੋ ਗਏ ਹੈ, ਉਹ ਕੋਈ ਜਿਹੜੀਆਂ ਜਾਤਾਂ ਪਾਤਾਂ ਬਣੀਆਂ ਨੇ, ਉਹ ਆਹ ਧਰਮ ਬਣੇ ਨੇ, ਉਹ ਐਵੇਂ ਸਿਆਣੇ ਨੇ ਬਣਾਤੇ? ਨਾਲੇ ਸਾਨੂੰ ਕੀ ਸਬੂਤ ਹੈਗਾ ਵੀ ਇਹਦਾ ਮੁੰਡਾ ਉਹ ਗਰੀਬਣੀ ਨਾਲ ਵਿਆਹ ਕਰਾਊਗਾ? ਉਹ ਲਾਰਿਆਂ 'ਚ ਰੱਖਦੇ ਨੇ ਇਹ, ਸਰਪੰਚ ਆਪਦੀ ਇੱਜ਼ਤ ਬਚਾਉਣ ਦੀ ਕੋਸ਼ਿਸ਼ ਕਰਦਾ। ਗਰੰਟੀ ਦਿਓ, ਗਰੰਟੀ ਕੀ ਹੈਗੀ ਇਸ ਗੱਲ ਦੀ? ਓਏ ਗੱਲ ਸੁਣ ਜਵਾਨਾ, ਭਰੀ ਪੰਚਾਇਤ 'ਚ ਮੈਂ ਵਾਅਦਾ ਕਰਦਾ ਮੇਰਾ ਮੁੰਡਾ ਉਸੇ ਕੁੜੀ ਨਾਲ ਵਿਆਹ ਕਰਾਊਗਾ, ਅਤੇ ਨਾ ਕੋਈ ਵਿਆਹ ਕਰਾ ਜਿਹੜਾ ਮੈਂ ਉਹਨੂੰ ਗੋਲੀ ਮਾਰ ਦੂੰ। ਟੱਟੂ ਦੀ ਪੰਚਾਇਤ ਆ ਇਹ, ਸਾਲਾ ਸਰਪੰਚ ਜਿਹਾ ਮਸਾਂ ਦਾ ਥੱਲੇ ਆਇਆ ਸੀਗਾ, ਸਾਰੀ ਖੇਡ ਖਰਾਬ ਹੋ ਗਈ। ਕੋਈ ਨਾ, ਮੈਂ ਵੀ ਦੇਖਦਾ ਕਿਵੇਂ ਵਿਆਹ ਕਰਾਉਂਦਾ। ਉਹ ਕਿਉਂ ਭਾਈ ਪੰਚਾਇਤੇ, ਮੇਰਾ ਫੈਸਲਾ ਮਨਜ਼ੂਰ ਆ ਤੁਹਾਨੂੰ? ਹਾਂਜੀ ਹਾਂਜੀ ਮਨਜ਼ੂਰ ਹੈ, ਤੁਸੀਂ ਗਰੀਬ ਘਰ ਦੀ ਕੁੜੀ ਨੂੰ ਬਣਾ ਰਹੇ ਹੋ, ਫੈਸਲਾ ਬਹੁਤ ਵਧੀਆ ਜੀ। ਠੀਕ ਹੈ ਠੀਕ ਹੈ, ਹਾਂ ਚੰਗਾ ਭਾਈ ਪੰਚਾਇਤ। ਚੰਗਾ ਜੀ। ਹੋਰ ਅਮਰਤੇ ਕਿਵੇਂ ਆ? ਵਧੀਆ ਬਾਈ, ਤੂੰ ਦੱਸ? ਠੀਕ ਠਾਕ। ਕਿੱਧਰ ਬਾਈ? ਉੱਧਰ ਹੀ ਚੱਲਿਆ ਸੀ ਤਾਰਾ ਵੱਲ। ਬਾਈ ਉੱਧਰ ਨਾ ਜਾਈ, ਉਹ ਹਰਕੇ ਫਿਰਦੇ ਆ ਵਾਲੇ ਬੰਦੇ, ਵੱਢ ਦੇਣਗੇ ਤੈਨੂੰ। ਐਂ ਕਿਵੇਂ ਵੱਢ ਦੇਣਗੇ? ਮੈਂ ਤਾਂ ਜਾਊਂਗਾ ਯਾਰ, ਐਂ ਫਿਰ ਮੈਨੂੰ ਤਾਰੋ ਦਾ ਕਿਵੇਂ ਪਤਾ ਲੱਗੂਗਾ ਕੀ ਕਰੀ ਜਾਂਦੇ ਉਹਦੇ ਨਾਲ? ਉਹਨੂੰ ਭਲਾ ਕੁੱਟੀ ਮਾਰੀ ਜਾਂਦੇ ਹੁਣ, ਅੱਗੇ ਤੈਨੂੰ ਪਤਾ ਪਹਿਲਾਂ ਵੀ ਕੁੱਟਤਾ ਇੱਕ ਕਰੀ ਉਹਨੂੰ, ਹੁਣ ਮੈਂ ਨਹੀਂ ਹੱਥ ਲਾਉਣ ਦੇਣਾ ਉਹਨੂੰ, ਉਹ ਕਦੋਂ ਵੱਢਣਗੇ? ਮੈਂ ਪਹਿਲਾਂ ਵੱਢੂੰਗਾ ਉਹਨਾਂ ਨੂੰ। ਉਹ ਬਾਈ ਠੰਡਾ ਰਹਿ, ਦਿਮਾਗ ਤੋਂ ਕੰਮ ਲੈ, ਤੇਰੇ ਘਰ ਦੇ ਕੀ ਸੋਚਣਗੇ? ਘਰਦੇ ਜਿਹੜਾ ਸੋਚਦੇ ਆ ਸੋਚ ਲੈਂਦੇ ਯਾਰ, ਹੁਣ ਮੈਂ ਦੱਸ ਕਰਾਂ ਕੀ, ਮੇਰਾ ਤਾਰੋ ਨੂੰ ਦੇਖਣ ਨੂੰ ਜੀ ਬੜਾ ਕਰਦਾ, ਮੇਰਾ ਜੀ ਨਹੀਂ ਲੱਗਦਾ ਉਹਦੇ ਬਿਨਾਂ। ਜੇ ਉਹ ਮੰਨ ਲਓ ਕਿਸੇ ਹੋਰ ਜਗ੍ਹਾ ਉਹਨਾਂ ਨੇ ਵਿਆਹ 'ਤੇ ਗੁੱਸੇ 'ਚ, ਤਾਂ ਮੈਂ ਤਾਂ ਮਰ ਜੂੰ, ਮੇਰਾ ਕੀ ਬਣੂ? ਚੱਲ ਕੋਈ ਨਾ ਬਈ, ਆਪਾਂ ਘਰ ਬਹਿ ਕੇ ਗੱਲ ਕਰਦੇ ਹਾਂ, ਚੱਲ। ਅੱਛਾ ਹੋਰ ਕਿਵੇਂ ਹੋ? ਠੀਕ ਹੋ? ਠੀਕ ਠਾਕ ਬਾਈ, ਵਧੀਆ। ਕਰਦੀ ਕੀ ਫਿਰਦੀ ਹੈ ਹੁਣ? ਜੀ ਕਰਦਾ ਇਹਨੂੰ ਜਾਨੋ ਮਾਰ। ਕੀ ਹੋਇਆ ਈ?
ਬਿੱਲੇ ਵੀਰ ਕੀ ਹੋਇਆ ਬਿੱਲੇ ਵੀਰ ਸਭ ਭਾਬੀ ਕੀ ਹੋਇਆ ਵੀਰ ਇਹਨੂੰ ਹਸਪਤਾਲ ਲੈ ਜਾਓ ਤੁਸੀਂ ਕੀ ਹੋਇਆ ਈ ਇਹਨੂੰ ਹਸਪਤਾਲ ਲੈ ਜਾਓ ਤੁਸੀਂ ਮੈਂ ਘਰ ਹੈਗੀ ਆ ਤੁਸੀਂ ਲੈ ਕੇ ਜਾਓ ਮੀਨਾ ਤੂੰ ਨਾਲ ਜਾ ਇਹਦੇ ਤਾਰੋ ਦੇ ਚੱਲ ਮੀਨਾ ਡਾਕਟਰ ਸਾਹਿਬ ਮੈਂ ਤੇ ਇਹ ਪੁੱਛਦੀ ਸੀ ਮੇਰਾ ਵੀਰ ਠੀਕ ਤੇ ਹੋ ਜਾਏਗਾ ਨਾ ਠੀਕ ਤਾਂ ਹੋ ਜਾਣਗੇ ਪਰ 2 ਲੱਖ ਰੁਪਇਆ ਲੱਗੂਗਾ ਇਹਨੂੰ ਤੇ 2 ਲੱਖ ਰੁਪਇਆ ਇਹ ਤੇ ਔਖਾ ਹੀ ਹੋ ਗਿਆ 2 ਲੱਖ ਰੁਪਇਆ ਕਿੱਥੋਂ ਲੈ ਕੇ ਆਵਾਂਗੇ ਹੇ ਭਗਵਾਨ ਡਾਕਟਰ ਨੇ ਤੇ 2 ਲੱਖ ਰੁਪਇਆ ਕਿਹਾ ਇਹ ਤੇ ਗਰੀਬ ਅਮੀਰ ਵੀ ਨਹੀਂ ਦੇਖਦੇ ਕਿ ਕੋਈ ਗਰੀਬ ਬੰਦਾ 2 ਲੱਖ ਰੁਪਇਆ ਕਿੱਥੋਂ ਲੈ ਕੇ ਆਏਗਾ ਅਸੀਂ ਦਿਹਾੜੀਦਾਰ ਮਜ਼ਦੂਰਦਾਰ ਬੰਦੇ 2 ਲੱਖ ਰੁਪਇਆ ਕਿੱਥੋਂ ਲੈ ਕੇ ਆਵਾਂਗੇ ਜੇ ਬਿੱਲੇ ਵੀਰ ਨੂੰ ਕੁਝ ਹੋ ਗਿਆ ਸਾਡੇ ਤੇ ਹੋਰ ਕੋਈ ਕਮਾਉਣ ਵਾਲਾ ਵੀ ਨਹੀਂ ਹੈ ਹੇ ਭਗਵਾਨ ਮੇਰੇ ਭਾਈ ਦੀ ਜਾਨ ਬਚਾ ਲੇ ਮੇਰੇ ਬਿੱਲੇ ਭਾਈ ਦੀ ਬਿੱਲੇ ਭਾਈ ਬਿਨਾਂ ਸਾਡਾ ਕੋਈ ਵੀ ਨਹੀਂ ਹੈ ਤੂੰ ਹੀ ਕੁਛ ਕਰ ਦੇ ਭਗਵਾਨ ਡਾਕਟਰ ਨੇ ਕਿਹਾ ਜੇ ਇਹਦੀ ਜਾਨ ਬਚਾਉਣੀ ਹੈ ਤੇ 2 ਲੱਖ ਰੁਪਇਆ ਦਿਓ ਤੁਹਾਨੂੰ ਤੇ ਪਤਾ ਹੀ ਹੈ ਅਸੀਂ ਗਰੀਬ ਲੋਕ ਮਿਹਨਤ ਮਜ਼ਦੂਰੀ ਕਰਨ ਵਾਲੇ 2 ਲੱਖ ਰੁਪਇਆ ਸਾਡੇ ਕੋਲ ਕਿੱਥੋਂ ਆਵੇਗਾ ਬਿੱਲੇ ਵੀਰ ਦੀ ਜਾਨ ਬਚਾਉਣ ਦੇ ਚੱਕਰ ਦੇ ਵਿੱਚ ਮੈਨੂੰ ਤੇ ਕੁਝ ਨਹੀਂ ਚੰਗਾ ਲੱਗਦਾ ਕੋਈ ਨਾ ਤਾਰੋ ਤੂੰ ਫਿਕਰ ਨਾ ਕਰ ਮੈਂ ਹਜੇ ਹੈਗਾ ਤੇਰਾ ਪੈਸਿਆਂ ਦਾ ਹੱਲ ਮੈਂ ਕਰੂੰਗਾ ਮੈਂ ਅੱਜ ਹੀ ਪੈਸੇ ਲੈ ਕੇ ਆਇਆ ਆੜਤੀਆਂ ਤੋਂ ਫੜ ਕੇ 2 ਲੱਖ ਰੁਪਇਆ ਮੈਨੂੰ ਲੋੜ ਸੀਗੀ ਚੱਲ ਮੈਂ ਆਪਦਾ ਕੰਮ ਬਾਅਦ 'ਚ ਕਰਦਾ ਰਹੂੰਗਾ ਅਤੇ ਤੂੰ ਪੈਸੇ ਲੈ ਲਾ ਮੇਰੇ ਤੋਂ ਨਹੀਂ ਸਰਦਾਰ ਜੀ ਮੈਂ ਤੁਹਾਡੇ ਤੋਂ ਇਹ ਪੈਸੇ ਕਿਵੇਂ ਲੈ ਲਾਂ ਨਹੀਂ ਤਾਰੋ ਇਹ ਪੈਸੇ ਤੂੰ ਲੈ ਜੇ ਹੁਣ ਮੈਂ ਇਸੇ ਜਿਹੇ ਟਾਈਮ ਨਾਲ ਕੰਮ ਆਇਆ ਤਾਂ ਫਿਰ ਆਪਣੇ ਪਿਆਰ ਤੋਂ ਕਰਨਾ ਵੀ ਕੀ ਹੈ ਆਪਣਾ ਤੈਨੂੰ ਕਿਹਾ ਸੀ ਮੈਂ ਰੂਹਾਂ ਦਾ ਪਿਆਰ ਹੈ ਜੇ ਉਹ ਬਿੱਲਾ ਵੀਰ ਤੇਰਾ ਭਰਾ ਹੈ ਤਾਂ ਮੇਰਾ ਵੀ ਤਾਂ ਕੁਛ ਲੱਗਦਾ ਆਹ ਫੜ ਤੂੰ ਉਹਦਾ ਇਲਾਜ ਕਰਾ ਬਾਕੀ ਗੱਲਾਂ ਬਾਅਦ 'ਚ ਕਰਾਂਗੇ ਸਰਦਾਰ ਜੀ ਪਤਾ ਨਹੀਂ ਕਿਉਂ ਤੁਹਾਡੀ ਮਿਹਨਤ ਦੇ ਪੈਸੇ ਆ ਮੇਰਾ ਲੈਣ ਨੂੰ ਦਿਲ ਨਹੀਂ ਕਰ ਰਿਹਾ ਅਤੇ ਮੈਨੂੰ ਸਕੂਨ ਵੀ ਨਹੀਂ ਮਿਲੇਗਾ ਕੋਈ ਨਾ ਤਾਰੋ ਤੂੰ ਫਿਕਰ ਨਾ ਕਰ ਜੇ ਮੇਰੀ ਮਿਹਨਤ ਦੇ ਪੈਸੇ ਆ ਤਾਂ ਮੈਂ ਮਿਹਨਤ ਕਰਨੀ ਵੀ ਕੀ ਹੈ ਜੇ ਪੈਸੇ ਤੇਰੇ ਕੰਮ ਹੀ ਨਾ ਆਏ ਹੁਣ ਤੈਨੂੰ ਜ਼ਰੂਰਤ ਹੈ ਆਪਣਾ ਪਿਆਰ ਵੀ ਫਿਰ ਹੀ ਸਾਬਤ ਹੋਊਗਾ ਜੇ ਮੈਂ ਕਿਤੇ ਤੇਰੇ ਕੰਮ ਆ ਸਕਾਂ ਕੋਈ ਨਾ ਤੂੰ ਇਲਾਜ ਕਰਾ ਤੇਰੇ ਭਰਾ ਦਾ ਠੀਕ ਹੋਣਾ ਜ਼ਰੂਰੀ ਹੈ ਮੈਨੂੰ ਵੀ ਪਤਾ ਤੁਹਾਡੇ ਪਰਿਵਾਰ ਦੇ ਵਿੱਚ ਉਹੀ ਕਮਾਉਣ ਵਾਲਾ ਸਰਦਾਰ ਜੀ ਆਪਾਂ ਤਾਂ ਪਤਾ ਨਹੀਂ ਇੱਕ ਹੋਣਾ ਜਾਂ ਨਹੀਂ ਹੋਣਾ ਇਹ ਤਾਂ ਭਗਵਾਨ ਦੀ ਮਰਜ਼ੀ ਹੈ ਪਰ ਮੇਰੇ ਬਿੱਲੇ ਵੀਰ ਦੀ ਇਹ ਪੈਸਿਆਂ ਨਾਲ ਜਾਨ ਬਚਾ ਕੇ ਤੁਸੀਂ ਮੇਰੇ 'ਤੇ ਬਹੁਤ ਵੱਡਾ ਅਹਿਸਾਨ ਕੀਤਾ ਮੈਂ ਸਾਰੀ ਜ਼ਿੰਦਗੀ ਤੁਹਾਡਾ ਅਹਿਸਾਨ ਨਹੀਂ ਭੁੱਲ ਸਕਦੀ ਬਿੱਲਾ ਵੀਰ ਜਿੱਦਾਂ ਦਾ ਮਰਜ਼ੀ ਹੈ ਪਰ ਹੈ ਤਾਂ ਮੇਰਾ ਵੀਰ ਹੈ ਨਾ ਉਹਦੀ ਜਾਨ ਬਚਾਉਣੀ ਤਾਂ ਬਹੁਤ ਜ਼ਰੂਰੀ ਹੈ ਬਿੱਲੇ ਵੀਰ ਤੋਂ ਬਿਨਾਂ ਸਾਡੇ ਘਰ ਦੇ ਵਿੱਚ ਕਮਾਈ ਵਾਲਾ ਵੀ ਤਾਂ ਕੋਈ ਨਹੀਂ ਸਾਰਾ ਟੱਬਰ ਬਿੱਲੇ ਵੀਰ ਦੇ ਸਿਰ 'ਤੇ ਹੀ ਹੈ ਅਸੀਂ ਤਾਰੋ ਤੂੰ ਅਹਿਸਾਨ ਦੀ ਗੱਲ ਨਾ ਕਰ ਪਿਆਰ ਦੇ ਵਿੱਚ ਅਹਿਸਾਨ ਨਹੀਂ ਹੁੰਦਾ ਇਹ ਤਾਂ ਮੇਰਾ ਫਰਜ਼ ਸੀ ਜੇ ਮੇਰੇ ਕਰਕੇ ਕਿਸੇ ਦਾ ਭਲਾ ਹੁੰਦਾ ਤਾਂ ਮੇਰਾ ਇਹਦੇ 'ਚ ਕੀ ਜਾਂਦਾ ਦੱਸ ਨਾਲੇ ਮੈਨੂੰ ਪੈਸੇ ਤੇਰੇ ਤੋਂ ਵੱਧ ਕੇ ਥੋੜ੍ਹੀ ਨਾ ਜਿਹੜਾ ਤੇਰਾ ਬਿੱਲਾ ਵੀਰ ਹੈ ਉਹ ਜੇ ਤੇਰਾ ਭਰਾ ਹੈ ਤਾਂ ਮੇਰਾ ਵੀ ਤਾਂ ਕੁਛ ਲੱਗਦਾ ਜੇ ਮੇਰਾ ਕਰਕੇ ਉਹਦੀ ਜਾਨ ਬਚਦੀ ਹੈ ਤਾਂ ਮੇਰੇ ਤੋਂ ਕੁਛ ਨਸੀਬ ਹੋਰ ਕੌਣ ਹੈ ਸਰਦਾਰ ਜੀ ਤੁਸੀਂ ਤਾਂ ਬੜੇ ਚੰਗੇ ਬੰਦੇ ਹੋ ਪਰ ਬਿੱਲੇ ਵੀਰ ਨੂੰ ਕੌਣ ਸਮਝਾਵੇ ਕਿ ਸਰਦਾਰ ਇੰਨਾ ਚੰਗਾ ਬੰਦਾ ਹੈ ਕੋਈ ਗੱਲ ਨਹੀਂ ਮੇਰੀ ਤਾਂ ਜਾਨ ਕੜਿੱਕੀ ਦੇ ਵਿੱਚ ਉਹ ਮੇਰਾ ਵੀਰ ਹੈ
ਤੇ ਤੁਸੀਂ ਵੀ ਮੇਰੇ ਤੇ ਬਹੁਤ ਵੱਡਾ ਅਹਿਸਾਨ ਕੀਤਾ ਹੈ। ਕੋਈ ਨਾ, ਕੋਈ ਗੱਲ ਨਹੀਂ ਤਾਰੋ, ਤੂੰ ਫਿਕਰ ਨਾ ਕਰ, ਤੂੰ ਹੁਣ ਪੈਸੇ ਲੈ ਕੇ ਜਾ ਤੇ ਉਹਦਾ ਡਾਕਟਰ ਤੋਂ ਇਲਾਜ ਕਰਾ, ਬਾਕੀ ਬਿੱਲੇ ਵੀਰ ਨਾਲ ਮੈਂ ਆਪੇ ਗੱਲ ਕਰ ਲੂੰਗਾ, ਕੋਈ ਗੱਲ ਨਹੀਂ। ਠੀਕ ਹੈ ਸਰਦਾਰ ਜੀ, ਧਿਆਨ ਰੱਖਣਾ ਆਪਣਾ। ਹਾਂ ਕੋਈ ਨਾ, ਤੇ ਹੁਣ ਮੈਂ ਚੱਲਦੀ ਹਾਂ। ਠੀਕ, ਮੇਰੇ ਬਿੱਲੇ ਵੀਰ ਦੀ ਜਾਨ ਦਾ ਸਵਾਲ ਹੈ। ਕੋਈ ਦੇਖ ਲੈ ਭਗਵਾਨ, ਸਰਦਾਰ ਕਿੰਨਾ ਚੰਗਾ ਬੰਦਾ ਹੈ। ਭਗਵਾਨ ਤੂੰ ਐਸਾ ਕੁਛ ਕਰ ਦੇਣਾ, ਸਰਦਾਰ ਮੈਨੂੰ ਸਦਾ ਲਈ ਮਿਲ ਜਾਵੇ। ਹੁਣ ਤੂੰ ਮੈਨੂੰ ਇਹ ਤੇ ਦੱਸ, ਸਿਹਤ ਤੇ ਠੀਕ ਹੈ ਨਾ ਹੁਣ? ਸਿਹਤ ਤੇ ਠੀਕ ਹੈ ਦਾਰੋ, ਪਰ ਮੈਨੂੰ ਇਹ ਦੱਸ ਵੀ ਇੰਨਾ ਖਰਚਾ ਕਿੱਥੋਂ ਕੀਤਾ ਜੀ ਤੂੰ? 2 ਲੱਖ ਰੁਪਇਆ ਕਿੱਥੋਂ ਆਇਆ ਤੇਰੇ ਕੋਲ? ਦੱਸ ਤੇ ਦਿੰਦੀ ਹਾਂ ਵੀਰੇ, ਤੂੰ ਗੁੱਸਾ ਨਾ ਕਰੀ। ਉਹ ਨਹੀਂ ਦਾਰੋ, ਤੂੰ ਦੱਸ ਦੇ ਮੈਨੂੰ, ਕੌਣ ਹੈ ਰੱਬ ਦਾ ਬੰਦਾ ਜਿਹਨੇ ਮੇਰੀ ਜਾਨ ਬਚਾ ਦੀ? ਤੇਰੀ ਜਾਨ ਬਚਾਉਣ ਵਾਲਾ ਵੀਰੇ ਉਹ ਸਰਦਾਰ ਹੈ ਜਿਹਨੂੰ ਤੂੰ ਮਾਰਨ ਦੀਆਂ ਗੱਲਾਂ ਕਰਦਾ ਸੀ। ਉਹ ਸਰਦਾਰ ਉਹਨੇ ਪੈਸੇ ਦਿੱਤੇ? ਹਾਂ ਵੀਰੇ, ਉਸਨੇ ਮੇਰੀ ਮਦਦ ਕੀਤੀ। ਬੜਾ ਭਲਾ ਬੰਦਾ ਹੈ ਵਿਚਾਰਾ ਉਹ। ਤੇ ਦੇਖ ਲੈ ਮੀਨੇ, ਮੈਂ ਤੈਨੂੰ ਮਾਰਨ ਦੀ ਗੱਲ ਕਰਦਾ ਸੀ, ਉਹਨੇ ਮੇਰੀ ਜਾਨ ਬਚਾਈ। ਜੀਜਾ ਮੈਂ ਤਾਂ ਤੈਨੂੰ ਪਹਿਲਾਂ ਹੀ ਕਿਹਾ ਸੀਗਾ। ਦਰੂ, ਉਹ ਸਰਦਾਰ ਦਾ ਅਹਿਸਾਨ ਮੇਰੀ ਦੀ ਸਾਰੀ ਜ਼ਿੰਦਗੀ ਹੀ ਰਹਿਣਾ ਹੈ। ਚਲ ਆਪਾਂ ਉਹਦਾ ਜਾ ਕੇ ਧੰਨਵਾਦ ਕਰਾਈਏ। ਹਾਂ ਕੋਈ ਗੱਲ ਨਹੀਂ ਵੀਰੇ, ਘਰ ਦੀਆਂ ਗੱਲਾਂ ਹਸਪਤਾਲ 'ਚ ਕਰਦੇ ਚੰਗੇ ਨਹੀਂ ਲੱਗਦੇ। ਚੱਲ ਆਪਾਂ ਚੱਲਦੇ ਹਾਂ। ਚਲ ਠੀਕ ਹੈ, ਘਰ ਜਾ ਕੇ ਕਰਦੇ ਹਾਂ ਗੱਲ। ਲੈ ਵੀਰ, ਮੈਂ ਤਾਂ ਤੈਨੂੰ ਕਦੋਂ ਦੀ ਕਹਿੰਦੀ ਸੀ, ਸਰਦਾਰ ਤਾਂ ਬੜਾ ਹੀ ਚੰਗਾ ਬੰਦਾ। ਮੈਂ ਤਾਂ ਕਹਿ ਕੇ ਨਾ ਹਾਰ ਚੁੱਕੀ ਸਾਂ, ਤੂੰ ਤਾਂ ਮੇਰੀ ਗੱਲ ਹੀ ਨਹੀਂ ਮੰਨੀ। ਅਤੇ ਹੁਣ 2 ਲੱਖ ਰੁਪਇਆ ਦੇਖ ਲਓ, ਸਰਦਾਰ ਨੇ ਫੱਟ ਦੇਣੇ ਦੇ ਤਾਂ ਤੇਰੇ ਇਲਾਜ ਵਾਸਤੇ। ਉਹ ਠੀਕ ਹੈ ਦਾਰੋ, ਮੈਨੂੰ ਇੰਨਾ ਪਤਾ ਨਹੀਂ ਸੀਗਾ, ਮੈਂ ਤਾਂ ਬਸ ਆਪਣੇ ਗੁੱਸੇ ਹੀ ਦੇਖਦਾ ਰਿਹਾ ਅਤੇ ਇੱਕ ਆਪਣੀ ਅਣਖ ਨੂੰ ਦੇਖਦਾ ਰਿਹਾ। ਮੈਨੂੰ ਨਹੀਂ ਪਤਾ ਸੀ ਵੀ ਸਰਦਾਰ ਇੰਨਾ ਚੰਗਾ ਹੈ ਅਤੇ ਇੰਨਾ ਸੋਚਦਾ ਹੀ ਆਪਣਾ। ਬਿੱਲੇ ਵੀਰ, ਤੂੰ ਇਹ ਤਾਂ ਸੋਚ, ਤਾਰੋ ਕੋਈ ਕਮਲੀ ਤਾਂ ਨਹੀਂ ਕਿ ਇੱਦਾਂ ਹੀ ਵਿਸ਼ਵਾਸ ਕਰ ਲੂਗੀ ਹਰ ਇੱਕ ਬੰਦੇ 'ਤੇ? ਸਰਦਾਰ 'ਤੇ ਬੰਦਾ 1 ਲੱਖ ਰੁਪਏ ਦਾ ਹੈ। ਉਹ ਤਾਂ ਗੱਲ ਤੇਰੀ ਠੀਕ ਹੈ ਦਾਰੋ, ਪਰ ਹੁਣ ਮੈਂ ਦੱਸ ਕੀ ਕਰਾਂ ਇਹਦੇ 'ਚ? ਮੈਨੂੰ ਤਾਂ ਜੋ ਦਿਸਦਾ ਸੀ ਪਹਿਲਾਂ ਮੈਂ ਉਹੀ ਕੀਤਾ ਸੀ, ਬਸ ਜੋ ਕਰਨਾ ਸੀ ਆਪੇ, ਜੇ ਹੋਰ ਵੀ ਹੁੰਦਾ ਕੋਈ ਉਹਨੇ ਵੀ ਇਹ ਵੀ ਕਰਨਾ ਸੀ ਤਾਂ ਇਹਨੂੰ ਹੀ ਮਾਰਨਾ ਸੀਗਾ। ਚੱਲ ਕੋਈ ਗੱਲ ਨਹੀਂ, ਸਰਦਾਰ ਨੇ ਤੇਰਾ ਗੁੱਸਾ ਨਹੀਂ ਕਰਨਾ, ਉਹ ਤਾਂ ਬੜਾ ਚੰਗਾ ਇਨਸਾਨ ਆ। ਜੋ ਤੂੰ ਮਰਜ਼ੀ ਕਹਿਤਾ, ਉਹਨੇ ਨਹੀਂ ਗੁੱਸਾ ਕਰਨਾ ਤੇਰੀ ਗੱਲ ਦਾ। ਤੁਸੀਂ ਤਾਂ ਐਵੇਂ ਬੋਲਦੇ ਰਹੇ ਜਵਾਕੜੀ ਨਾਲ, ਲੜਦੇ ਰਹੇ, ਸਰਦਾਰ ਦਿਲ ਦਾ ਨਹੀਂ ਮਾੜਾ। ਉਹ ਠੀਕ ਹੈ ਸ਼ਿਬੋ, ਆ ਮੈਨੂੰ ਉਦੋਂ ਕੀ ਪਤਾ ਸੀਗਾ ਇਹ ਗੱਲ ਹੋਣੀ। ਮੈਂ ਤਾਂ ਸੋਚਦੀ ਆ ਆਪਾਂ ਇਹਦਾ ਰਿਸ਼ਤਾ ਹੀ ਉਹਨੂੰ ਕਰ ਦੇਣਾ। ਉਹ ਤਾਂ ਠੀਕ ਹੈ ਸ਼ਿਬੋ, ਪਰ ਹੁਣ ਸਰਦਾਰ ਨੇ ਕਿੱਥੇ ਮੰਨਣਾ ਸੀ, ਉਹਨੂੰ ਤਾਂ ਇੰਨਾ ਕੁੱਟਿਆ ਸੀ। ਨਹੀਂ ਵੀਰੇ, ਮੈਂ ਕਿਹਾ ਨਾ ਬੜਾ ਚੰਗਾ ਬੰਦਾ ਹੈ, ਉਹਨੇ ਕੋਈ ਗੁੱਸਾ ਨਹੀਂ ਮੰਨਣਾ। ਜੱਜ ਵੀ ਕਹਿਤਾ ਨਾ ਸਰਦਾਰ ਤੇ ਤਿਆਰ ਹੈ ਮੇਰੇ ਨਾਲ ਵਿਆਹ ਕਰਾਉਣ ਨੂੰ। ਹਾਂ ਤੁਸੀਂ ਦੇਖ ਲਓ ਦਾਰੋ, ਮੈਂ ਤੇ ਉਹਦੀ ਬੇਇੱਜ਼ਤੀ ਕੀਤੀ ਸੀ, ਉਹਨੂੰ ਬਹੁਤ ਕੁੱਟਿਆ ਮਾਰੇ ਤੇ ਉਹਨੇ ਫਿਰ ਵੀ 2 ਲੱਖ ਰੁਪਇਆ ਦੇ ਦਿੱਤਾ ਸੀ ਤੇ ਵਿਆਹ ਕਰਾਉਣ ਨੂੰ ਤਿਆਰ ਹੀ। ਵੀਰੇ ਤੂੰ ਫਿਕਰ ਕਾਹਦਾ ਕਰਦਾ ਹੈ, ਮੈਂ ਬੈਠੀ ਹਾਂ ਨਾ, ਸਰਦਾਰ ਤੇ ਮੈਨੂੰ ਪੂਰਾ ਭਰੋਸਾ ਹੈ। ਪੱਕਾ ਪਤਾ ਨੇ ਤੈਨੂੰ? ਮੈਨੂੰ ਤੇ ਪੂਰਾ ਭਰੋਸਾ ਵੀਰੇ, ਜੋ ਬੰਦਾ 2 ਲੱਖ ਰੁਪਇਆ ਦੇ ਸਕਦਾ, ਤੁਸੀਂ ਆਪ ਹੀ ਸੋਚ ਲਓ ਕਿੱਦਾਂ ਦਾ ਬੰਦਾ ਹੋਵੇਗਾ। ਹਾਂ ਦੇਖ ਲਾ ਤੁਸੀਂ, ਉਹਨੇ ਕਿੰਨਾ ਫਾਇਦਾ ਕੀਤਾ ਹੈ। ਕਿਉਂ ਮੀਨਾ, ਤੂੰ ਕੀ ਕਹਿਣੀ ਹੈ? ਸਾਰੇ ਦੱਸੋ ਸਭ, ਹੁਣ ਸੋਚ ਲਓ ਹੁਣ ਕੀ ਕਰਨਾ ਹੈ ਫਿਰ। ਸੋਚਣਾ ਕੀ ਹੈ, ਹੋਰ ਇਹਦੇ ਉੱਤੇ ਕੀ ਹੋ ਜਾਏਗਾ? ਐਡੀ ਵੱਡੀ ਹੈਲਪ ਕਰਤੀ ਆਪਣੀ, ਉਹ ਸਾਰੀ ਜ਼ਿੰਦਗੀ ਦਾ ਸਵਾਲ ਇਹਦੇ ਰਾ। ਵੀਰੇ ਤੂੰ ਫਿਕਰ ਛੱਡ ਦੇਣਾ, ਤੇਰੀ ਜਾਨ ਬਚਾਤੀ ਮੇਰੇ ਤੇ, ਉਹ ਤਾਂ ਵੱਡਾ ਬੜਾ ਹੀ ਇਨਸਾਨ ਹੈ। ਉਹ ਇਹ ਤੇ ਬਹੁਤ ਵੱਡਾ ਇਨਸਾਨ ਕੀਤਾ ਹੀ ਸਰਦਾਰ ਨੇ, ਜੇ ਨਾ ਹੋਰ ਪੈਸੇ ਦਿੰਦਾ ਤਾਂ ਮੇਰੀ ਜ਼ਿੰਦਗੀ ਕਿੱਥੇ ਰਹਿਣੀ ਸੀ, ਮੈਂ ਤੇ ਮਰ ਜਾਣਾ ਸੀ। ਵੀਰੇ ਤੂੰ ਆਪ ਹੀ ਸੋਚ ਲੈਣਾ ਤੇ ਕਿੱਦਾਂ ਦਾ ਇਨਸਾਨ ਹੋਊਗਾ, ਹੁਣ ਤੇ ਪੁੱਛਣ ਦੀ ਗੱਲ ਨਹੀਂ ਰਹਿ ਗਈ ਕੋਈ। ਨਹੀਂ ਆਪਣੇ ਕੋਲ 2 ਲੱਖ ਰੁਪਇਆ ਹੋਣਾ ਵੀ ਕਿੱਥੋਂ ਸੀਗਾ, ਜੇ ਸਰਦਾਰ ਨਾ ਆਉਂਦਾ ਤੇ ਮੈਂ ਮਰ ਜਾਣਾ ਸੀ। ਇਹ ਤੇ ਉਹਨੇ ਬਹੁਤ ਵੱਡੀ ਗੱਲ ਕੀਤੀ, ਇਹ ਅਹਿਸਾਨ ਤਾਂ ਮੈਂ ਤਾਂ ਸਾਰੀ ਜ਼ਿੰਦਗੀ ਨਹੀਂ ਭੁੱਲ ਸਕਦਾ। ਤੁਸੀਂ ਤਾਂ ਐਵੇਂ ਜਵਾਕੜੀ ਦੇ ਮਗਰ ਪਏ ਰਹਿੰਦੇ ਸੀ, ਸਾਰਾ ਦਿਨ ਬੋਲਦੇ ਸੀ ਇਹਨੂੰ। ਉਹ ਸ਼ੱਬੋ ਫਿਰ ਮੈਨੂੰ ਉਦੋਂ ਕੀ ਪਤਾ ਸੀ, ਗਲਤੀ ਵੀ ਤਾਂ ਹੋ ਹੀ ਜਾਂਦੀ ਹੈ ਜਵਾਕ ਤੋਂ। ਕੋਈ ਗੱਲ ਨਹੀਂ ਸ਼ੱਬੋ ਭਾਬੀ, ਸਵੇਰ ਤੋਂ ਬੁੱਲੇ ਸ਼ਾਮ ਨੂੰ ਘਰ ਆ ਜਾਣਾ, ਇਹਨੂੰ ਬੁੱਲੇ ਨਹੀਂ ਕਹਿੰਦੇ। ਉਹ ਠੀਕ ਹੈ ਦਾਰੋ, ਚੱਲ ਕੋਈ ਗੱਲ ਨਹੀਂ, ਪਰ ਜੇ ਹੁਣ ਸਰਦਾਰ ਕਹਿੰਦਾ ਸੀ ਤੇ ਉਹ ਸਰਪੰਚ ਕਹਿੰਦਾ ਸੀ ਤੇ ਆਪਾਂ ਰਿਸ਼ਤਾ ਕਰ ਦੇਣਾ ਹੈ। ਵੀਰੇ ਸਰਦਾਰ ਤੇ ਬਿਲਕੁਲ ਤਿਆਰ ਹੈ, ਤੂੰ ਹਾਂ ਤੇ ਕਰ।
ਉਹ ਕੀ ਬਦੇ ਉਹ ਗੁੱਸਾ ਕਰੀ ਬੈਠਾ ਵੀ ਉਹਨੇ ਸਿਰਫ ਇੱਕ ਮਦਦ ਕੀਤੀ ਹੋਵੇ, ਕੋਈ ਹੋਰ ਮਤਲਬ ਨਾ ਹੋਵੇ, ਮੈਨੂੰ ਡਰ ਹੈ ਅਜੇ ਵੀ। ਮੈਂ ਬੈਠੀ ਹਾਂ, ਤੂੰ ਫਿਕਰ ਨਾ ਕਰ। ਚੱਲ ਠੀਕ ਹੈ ਫਿਰ ਕਰ ਦਾਂਗੇ। ਓਏ ਉਹ ਹੀ ਹੁੰਦਾ ਸਰਦਾਰ, ਚਲ ਆ ਗਿਆ ਚੰਗਾ ਹੋਏ। ਓਏ ਅਜੇ ਸਰਦਾਰ ਲੰਘੇ। ਹੋਰ ਬਿੱਲੇ ਕਿਵੇਂ ਆ? ਉਹ ਠੀਕ ਹੈ ਸਰਦਾਰ, ਵਧੀਆ ਵਧੀਆ। ਹੋਰ ਠੀਕ ਠਾਕ ਹੈ? ਹਾਂ, ਬੜੇ ਮੌਕੇ ਦੀ ਆਏ ਤੇ ਇਹਨੂੰ ਯਾਦ ਕਰ ਰਹੇ ਸੀ, ਬੜੀ ਲੰਮੀ ਉਮਰ ਹੈ ਤੇਰੀ। ਸਰਦਾਰ ਜੀ ਬੈਠੋ ਤੁਸੀਂ। ਹਾਂ ਕੋਈ ਨਾ ਕੋਈ ਨਾ, ਬੈਠੇ ਸਰਦਾਰ, ਕੋਈ ਨਾ, ਬਹਿ ਜਾ ਬਹਿ ਜਾ, ਬੈਠ ਬਿੱਲੇ ਬੈਠ ਤੂੰ। ਹਾਂ ਉਧਰ ਬਹੁਤ ਵੱਡਾ ਇਹਸਾਨ ਹੈ ਸਰਦਾਰਾ ਮੇਰੇ ਤੇ। ਉਹ ਨਹੀਂ ਨਹੀਂ ਕੋਈ ਇਹਸਾਨ ਦੀ ਕੋਈ ਗੱਲ ਨਹੀਂ, ਤੂੰ ਦੱਸ ਉਹਨੂੰ ਠੀਕ ਆ ਜਾਵਾਂ? ਆਵੇਂ ਤੇ ਹੁਣ ਠੀਕ ਹੈ। ਕਦੋਂ ਛੁੱਟੀ ਮਿਲੀ ਤੈਨੂੰ? ਬਸ ਛੁੱਟੀ ਮੈਨੂੰ ਹੁਣੇ ਲੈ ਕੇ ਆਏ ਸੀ, ਜੇ ਤੂੰ ਨਾ ਆਉਂਦਾ ਤੇ ਨਾ ਪੈਸੇ ਦਿੰਦਾ ਮੈਂ ਸਰਦਾਰਾ ਮਰ ਜਾਣਾ ਸੀ। ਉਹ ਨਹੀਂ ਨਹੀਂ ਐ ਨਹੀਂ ਕੋਈ ਗੱਲ ਹੁੰਦੀ, ਕੋਈ ਬੰਦਾ ਪੈਸੇ ਵੱਲੋਂ ਮਰਦਾ ਕਿਤੇ? ਉਹ ਤੇ ਠੀਕ ਹੈ ਸਰਦਾਰਾ, ਇਹ ਕੋਈ ਇਹਸਾਨ ਦੀ ਗੱਲ ਨਹੀਂ, ਇਹ ਰੱਬ ਹਰੇਕ ਨੂੰ ਬਚਾ ਲੈਂਦਾ, ਕੋਈ ਗੱਲ ਨਹੀਂ, ਐਡਾ ਨਾ ਤੂੰ ਫਿਕਰ ਕਰ। ਸਰਦਾਰਾ ਮੈਂ ਤੇ ਤੇਰੀ ਬਹੁਤ ਬੇਇੱਜ਼ਤੀ ਕੀਤੀ, ਪਰ ਫਿਰ ਵੀ ਤੂੰ ਮੇਰੀ ਮਦਦ ਕਿਉਂ ਕੀਤੀ? ਨਹੀਂ ਨਹੀਂ ਇਹੋ ਜਿਹੀ ਕੋਈ ਗੱਲ ਨਹੀਂ, ਤੈਨੂੰ ਪਤਾ ਮੈਂ ਤੇ ਤਾਰੋ ਇੱਕ ਦੂਜੇ ਨੂੰ ਕਿੰਨਾ ਪਿਆਰ ਕਰਦੇ ਹਾਂ, ਮੈਂ ਤਾਰੋ ਬਿਨਾਂ ਨਹੀਂ ਰਹਿ ਸਕਦਾ, ਸਾਡਾ ਸੱਚਾ ਪਿਆਰ ਹੈ। ਮੈਂ ਅੱਜ ਵੀ ਤੇਰੇ ਤੋਂ ਤਾਰੋ ਦਾ ਹੱਥ ਮੰਗਦਾ, ਮੈਂ ਇਹ ਸਿਰਫ ਅਹਿਸਾਨ ਨਹੀਂ ਕੀਤਾ ਕੋਈ, ਮੈਂ ਤਾਰੋ ਦੇ ਪਿਆਰ 'ਚ ਕੀਤਾ ਜੋ ਵੀ ਕੀਤਾ। ਠੀਕ ਹੈ ਸਰਦਾਰਾ, ਪਹਿਲੇ ਤਾਂ ਮੈਨੂੰ ਲੱਗ ਰਿਹਾ ਸੀ ਤੇਰਾ ਕੋਈ ਮਤਲਬ ਨਾ ਹੋਵੇ, ਪਰ ਤੂੰ ਜੋ ਮੇਰੀ ਜਾਨ ਬਚਾਈ ਹੈ ਤੇ ਤੂੰ ਹਜੇ ਵੀ ਮੇਰੇ ਤੋਂ ਬੇਇੱਜ਼ਤੀ ਕਰਵਾ ਕੇ ਵੀ ਤਾਰੋ ਦਾ ਹੱਥ ਮੰਗ ਰਿਹਾ ਤਾਂ ਤੇਰਾ ਪਿਆਰ ਸੱਚਾ ਹੀ ਹੈ। ਹਾਂ ਇਹ ਤਾਂ ਹੈ, ਬਾਕੀ ਰਿਸ਼ਤੇਦਾਰੀ ਪੈ ਗਈ ਨਾ, ਹੁਣ ਆਪਣੀ ਰਿਸ਼ਤੇਦਾਰੀ ਦੇ ਵਿੱਚ ਬੇਇੱਜ਼ਤੀ ਬੂਜਤੀ ਨਹੀਂ ਦੇਖੀ ਜਾਂਦੀ, ਜੋ ਵੀ ਕੀਤਾ ਤਾਰੋ ਦੇ ਪਿਆਰ ਲਈ ਕੀਤਾ, ਹੁਣ ਮੈਂ ਚਾਹੁੰਦਾ ਤੂੰ ਮੇਰੇ 'ਤੇ ਕਿਸਾਨ ਕਰ ਬਿੱਲੇ। ਕੀ ਗੱਲ ਸਰਦਾਰਾ, ਅਹਿਸਾਨ ਵਾਲੀ ਕਿਹੜੀ ਗੱਲ ਹੈ, ਤੇਰੇ ਤਾਂ ਮੇਰੇ ਦੇ ਉੱਤੇ ਕਰਜ਼ ਹੀ ਹੈ। ਨਹੀਂ ਨਹੀਂ ਇਹ ਬਹੁਤ ਵੱਡਾ ਅਹਿਸਾਨ ਹੈ, ਤੂੰ ਹੁਣ ਆਏ ਨੂੰ ਮੇਰੀ ਆਏ ਦੀ ਇੱਜ਼ਤ ਰੱਖ, ਮੈਨੂੰ ਖਾਲੀ ਹੱਥ ਨਾ ਮੋੜੀ, ਅਤੇ ਮੈਂ ਤੇਰੇ ਤੋਂ ਤਾਰੋ ਦਾ ਹੱਥ ਮੰਗਦਾ ਅਤੇ ਉਹਦਾ ਹੱਥ ਮੇਰੇ ਹੱਥਾਂ 'ਚ ਦੇਈਂ ਜ਼ਰੂਰ। ਦੱਸੋ ਜੱਬੋ ਹੁਣ ਕਿਵੇਂ ਕਰਨਾ ਜੀ? ਕਰਨਾ ਕਿਵੇਂ ਹੀ ਹੈ, ਤੁਹਾਨੂੰ ਪਤਾ ਹੀ ਹੈ ਕਿਵੇਂ ਕਰਨਾ ਹੁਣ। ਚਲ ਠੀਕ ਹੈ ਸਰਦਾਰਾ, ਕੋਈ ਗੱਲ ਨਹੀਂ। ਹਾਂ ਕੋਈ ਨਾ, ਕਰ ਫਿਰ ਤਿਆਰੀ ਤੇ ਕਹਿ ਤੇਰੇ ਮੰਮੀ ਡੈਡੀ ਨੂੰ ਜਾ ਕੇ, ਜੇ ਰਾਜੀ ਨਹੀਂ ਤੇ ਫਿਰ ਸਾਨੂੰ ਦੱਸ ਦੇ ਆਪਾਂ ਕਰ ਦੇਣਾ ਰਿਸ਼ਤਾ ਸਾਡੇ ਵੱਲੋਂ ਹੁਣ ਦੇ। ਹਾਂ ਜੀ ਬਸ ਠੀਕ ਹੈ, ਤੇਰੀ ਹਾਂ ਹੀ ਜ਼ਰੂਰੀ ਸੀ ਬਿੱਲੇ, ਬਹੁਤ ਬਹੁਤ ਧੰਨਵਾਦ ਤੇਰਾ, ਅਤੇ ਮੈਂ ਚੱਲਦਾ ਕਰੇ। ਕੋਈ ਗੱਲ ਨਹੀਂ ਸਰਦਾਰਾ, ਠੀਕ ਠੀਕ। ਉਹ ਕਿਉਂ ਦਰ ਖੁਸ਼ ਹੈ ਹੁਣ ਦਾ, ਹੁਣ ਤੇ ਮਰ ਜਾਣੀ ਹੱਸ ਕੇ ਵਗਾ ਦੇ। ਮੇਰੇ ਬਹੁਤ ਖੁਸ਼ ਹੈ, ਜਿਉਂਦਾ ਰਹਿ ਮੇਰੇ ਮਨ ਦੀ ਰੀਜ਼ ਪੂਰੀ ਕਰ। ਜਿਉਂਦਾ ਰਹਿ ਕੋਈ ਗੱਲ ਨਹੀਂ, ਜਿਵੇਂ ਇੱਜ਼ਤ ਨਾਲ ਆਏ ਉਵੇਂ ਤਾਂ ਤੁਸੀਂ ਦੂਰ ਦਾਂਗੇ, ਪਰ ਜਿਵੇਂ ਤੂੰ ਪਹਿਲਾਂ ਬੇਇੱਜ਼ਤੀ ਕਰਾਉਣ ਤੇ ਲੱਗੀ ਸੀ ਉਦਾਂ ਅਸੀਂ ਕੋਈ ਨਹੀਂ ਦੂਰਨਾ ਜੀ ਤੈਨੂੰ। ਬਸ ਕਰਿਓ ਕਰੋਣਾ, ਐਵੇਂ ਬੋਲੀ ਜਾਂਦੇ ਹੋ ਹੁਣ ਤੁਸੀਂ। ਚਲ ਕੋਈ ਗੱਲ ਨਹੀਂ, ਖੁਸ਼ ਹੈ ਨਾ ਹੁਣ ਪੂਰੀ? ਖੁਸ਼ ਹੈ ਵੀਰੇ। ਚਲ ਕਿਉਂ ਸਾਲੀਏ, ਕੀ ਗੱਲ ਹੁਣ ਤੇਰਾ ਖਿਆਲ ਕੀ ਕਹਿੰਦਾ? ਠੀਕ ਹੈ ਨਾ ਜੋ ਕੀਤਾ? ਮੈਨੂੰ ਤਾਂ ਤਾਰੋ ਦੀਦੀ ਦੇ ਵਿਆਹ ਦੀ ਬੜੀ ਖੁਸ਼ੀ ਹੈ। ਲੈ ਹੁਣ ਤਿਆਰੀ ਕਰੋ ਹੁਣ ਆਪਣੇ ਵਿਆਹ ਦੀ, ਠੀਕ ਹੈ? ਹਾਂ ਛੇਤੀ ਤਿਆਰੀ ਕਰੋ, ਮਸਾਂ ਖੁਸ਼ੀਆਂ ਦਾ ਦੇਣਾ ਆਇਆ ਹੀ ਆ। ਮੈਂ ਤਾਂ ਨੱਚਣ ਦੀ ਤਿਆਰੀ ਬੈਠੀ ਆ। ਹਾਂ ਲੈ ਨੱਚਣ ਦੀ ਤਿਆਰੀ ਬੈਠੀ, ਕੋਈ ਗੱਲ ਨਹੀਂ। ਚਲੋ ਵੀਰੇ ਮੇਰੇ ਪਿੱਛੇ ਤੁਸੀਂ ਆਪਣਾ ਖਿਆਲ ਰੱਖਣਾ, ਠੀਕ ਹੈ ਨਾ ਸਭ ਬਾਬਾ? ਨਾ ਆਪਾਂ ਨੂੰ ਤਾਰੋ ਖੁਸ਼ ਚਾਹੀਦੀ ਆ, ਹੋਰ ਆਪਾਂ ਨੂੰ ਕੀ ਚਾਹੀਦਾ ਹੈ? ਚਲ ਜਾ ਹੁਣ ਜਾ ਕੇ ਕੁਝ ਖਾਣ ਪੀਣ ਨੂੰ ਬਣਾ ਲੈ। ਚਲ ਆਜਾ ਤਾਰੋ, ਹੁਣ ਤਾਂ ਖੁਸ਼ੀਆਂ ਦਾ ਦੇਣ ਹੈ। ਕੋਈ ਨਾ ਆਪਾਂ ਕਰਦੇ ਕੋਈ ਗੱਲਬਾਤ। ਬੀਬੇ ਮੈਂ ਗੱਲ ਕਰਨੀ ਤੇਰੇ ਨਾਲ ਇੱਕ। ਕਰ ਪੁੱਤ। ਉਹ ਤਾਰੋ ਆ ਨਾ, ਤਾਰੋ ਦੇ ਭਰਾਵਾਂ ਨੇ ਹਾਂ ਕਰਤੀ ਵਿਆਹ ਵਾਸਤੇ, ਕਹਿੰਦੇ ਤਾਰੋ ਨਾਲ ਵਿਆਹ ਕਰਾ ਲਾ ਭਾਵੇਂ ਤੂੰ। ਚੱਲ ਪੁੱਤ, ਆਹ ਤਾਂ ਗੱਲ ਵਧੀਆ ਹੋਈ, ਸੱਚੇ ਪਾਤਸ਼ਾਹ ਦੇ ਹੁਕਮ ਨਾਲ ਆਪਣੇ ਘਰ ਸਾਰਾ ਕੁਛ ਆ। ਜਦੋਂ ਤੂੰ ਸਾਰਾ ਦਿਨ ਆਏ ਮੂਸਿਆ ਮੂੰਹ ਘਰ ਫਿਰੀ ਜਾਂਦਾ ਨਾ, ਮੈਨੂੰ ਵੀ ਸੋਚ ਬੜਬੜ ਖਾਂਦੀ ਹੈਗੀ ਵੀ ਮੇਰਾ ਪੁੱਤ ਇਕੱਲਾ ਮੇਰਾ ਪੁੱਤ ਆ ਵੀ ਐਂ ਸਾਰਾ ਦਿਨ ਫਿਰੀ ਜਾਂਦਾ ਗਾ, ਹੈਂ, ਅਤੇ ਕੋਈ ਕੁਛ ਖਾਂਦਾ ਨਹੀਂ ਪੀਂਦਾ ਨਹੀਂ। ਪੁੱਤ ਚੱਲ ਆਹ ਗੱਲ ਵਧੀਆ ਹੋ ਗਈ, ਚੱਲ ਤੇਰੀ ਖੁਸ਼ੀ 'ਚ ਹੀ ਨਾ ਸਾਡੀ ਖੁਸ਼ੀ ਹੈਗੀ। ਹਾਂ ਬੇਬੇ ਫਿਰ ਤੁਸੀਂ ਖੁਸ਼ ਹੋ, ਮੈਂ ਕਰਾ ਲਾਂ ਵਿਆਹ ਉੱਥੇ। ਪੁੱਤ ਜਦੋਂ ਤੂੰ ਖੁਸ਼ ਆ ਤਾਂ ਅਸੀਂ ਵੀ ਖੁਸ਼ ਹਾਂ, ਹੈ, ਤੇਰੇ ਵਿੱਚ ਹੀ ਸਾਡੀ ਖੁਸ਼ੀ ਹੈਗੀ, ਤੇਰੇ ਨਾਲ ਹੀ ਸਾਡਾ ਜਹਾਨ ਵੱਸਦਾ ਗਾ। ਦੇਖ ਪੁੱਤ ਜਿੱਥੇ ਤੇਰਾ ਜੀ ਕਰਦਾ ਉੱਥੇ ਵਿਆਹ ਕਰਾ ਲਾ। ਚੱਲ ਫਿਰ ਆਪਾਂ ਕਰੀਏ ਬਾਪੂ ਨਾਲ ਗੱਲ। ਬਸ ਬਾਪੂ ਨਾਲ ਵੀ ਗੱਲ ਕਰ ਲੈਂਦੇ ਹਾਂ ਕੋਈ ਨਾ, ਊਂ ਤਾਂ ਜਦੋਂ ਆਪਣੀ ਮਾਂ ਪੁੱਤਾਂ ਦੀ ਹਾਂ ਫਿਰ ਬਾਪੂ ਕਿਹੜਾ ਲੱਤਾਂ ਡਾਲੂਗਾ ਵਿੱਚ। ਇਹ ਤਾਂ ਹੈ, ਫਿਰ ਆਪਾਂ ਕਰੀਏ ਵਿਆਹ ਦੀ ਤਿਆਰੀ। ਚੱਲ ਪੁੱਤ ਕਰ ਲੈਂਦੇ ਹਾਂ ਤਿਆਰੀ। ਦੇਖ ਹੁਣ ਤੂੰ ਇਹ ਗੱਲ 'ਤੇ ਪੱਕਾ ਰਹੀ, ਹੁਣ ਮੇਰੀ ਗੱਲ ਸੁਣ ਪੁੱਤ, ਤੇਰਾ ਬਾਪੂ ਵੀ ਤੇਰੀਆਂ ਸਾਰੀਆਂ ਸ਼ਰਤਾਂ ਮੰਨਦਾ, ਠੀਕ ਆ? ਤੂੰ ਵੀ ਉਹਦੇ ਨਾ
ਵੀ ਉਹਦੇ ਕਹੇ 'ਤੇ ਚੱਲੀ। ਦੇਖ ਪੁੱਤ ਬਹੁਤ ਲਾਂਭੇ ਆ ਗਏ, ਬਹੁਤ ਸਾਡੀ ਪਿੰਡ 'ਚ ਥੂ ਥੂ ਹੋ ਗਈ। ਆਏ ਹਾਂ, ਚੱਲ ਹੁਣ ਜੇ ਉਹਨਾਂ ਨੇ ਹਾਂ ਕਰਤੀ ਤਾਂ ਬਾਹਲੀ ਸੋਹਣੀ ਗੱਲ ਹੋ ਗਈ। ਜੇ ਕੱਲ੍ਹ ਘਲਾਉਣੇ ਨਾ ਜਾਣੇ ਤੇਰੇ ਕੋਈ ਸੱਟ ਪੇਟ ਮਾਰਦਾ, ਤੇਰਾ ਬਾਪੂ ਇਹੀ ਸੋਚ ਕਰਦਾ ਸੀ। ਚੱਲ ਪੁੱਤ ਹੁਣ ਤਾਂ ਆਪਾਂ ਵਿਆਹ ਦੀ ਤਿਆਰੀ ਕਰ ਲੈਂਦੇ ਹਾਂ, ਬਾਕੀ ਹੁਣ ਆਪਾਂ ਨੂੰ ਸੋਚ ਕਾਹਦੀ ਹੈਗੀ। ਹਾਂ ਨਹੀਂ ਬੇਬੇ, ਉਵੇਂ ਤਾਂ ਤੈਨੂੰ ਪਤਾ ਹੀ ਹੈ ਮੈਂ ਕਿਸੇ ਗੱਲੋਂ ਬਾਪੂ ਨੂੰ ਜਵਾਬ ਕਰਦਾ ਹੀ ਨਹੀਂ ਗਾ, ਜਿਹੜੀ ਗੱਲ ਕਹਿੰਦਾ ਮੈਂ ਮੰਨਦਾ, ਪਰ ਹੁਣ ਤੈਨੂੰ ਪਤਾ ਤਾਰੋ ਨਾਲ ਮੈਂ ਵਿਆਹ ਕਰਾਉਣਾ ਹੀ ਕਰਾਉਣਾ ਸੀਗਾ। ਚੱਲ ਪੁੱਤ ਵਿਆਹ ਤਾਂ ਕਰਾਉਣਾ, ਜਿੱਥੇ ਸੰਯੋਗ ਹੋਣ ਧੀ ਪੁੱਤ ਦੇ ਉੱਥੇ ਬਣਦੇ ਨੇ। ਆਉਂ ਤਾਂ ਤੇਰੇ ਮਾਮਿਆਂ ਨੇ ਵੀ ਬਥੇਰਾ ਕਿਹਾ ਸੀ ਵਿਆਹ ਬਾਰੇ, ਚੱਲ ਜਿੱਥੇ ਤੇਰੀ ਖੁਸ਼ੀ ਉੱਥੇ ਸਾਡੀ ਖੁਸ਼ੀ। ਚਲੋ ਫਿਰ ਕਰੀਏ ਆਪਾਂ ਵਿਆਹ ਦੀ। ਹਾਂ ਪੁੱਤ ਚੱਲ, ਮੈਂ ਲਿਆਉਣੀ ਆ ਲੱਡੂ ਲੁੱਡੂ, ਚੱਲ ਕਰਾਉਣੀ ਆ ਤੇਰਾ ਮੂੰਹ ਮਿੱਠਾ। ਠੀਕ ਹੈ।